ਇਤਿਨੂ ਇੱਕ ਪਾਸੇ ਤਾਂ ਗਰੀਬ ਦਾ ਮਿੱਤਰ ਕਿਹਾ ਜਾਂਦਾ ਹੈ ਔਰ ਦੂਜੇ ਪਾਸੇ ਕਹਿੰਦੇ ਕਿ ਇਹ ਘਾਟੇ ਵਾਲਾ ਸੌਦਾ ਵੀ ਹੈ ਨਹੀਂ ਘਾਟੇ ਵਾਲਾ ਸੌਦਾ ਤਾਂ ਕੋਈ ਵੀ ਨਹੀਂ ਹੁੰਦਾ ਜੀ ਉਹਨੂੰ ਸਿਰਫ ਕੰਮ ਨੂੰ ਕਰਨ ਦਾ ਥੋੜਾ ਢੰਗ ਹੋਣਾ ਚਾਹੀਦਾ ਕੁਦਰਤ ਨੇ ਪੰਜਾਬ ਨੂੰ ਇੰਨੀ ਵਧੀਆ ਵਿੰਡੋ ਦਿੱਤੀ ਆ ਜਿਹੜਾ ਬੀਜ ਪੰਜਾਬ ਵਿੱਚ ਪੈਦਾ ਹੋ ਸਕਦਾ ਹਿੰਦੁਸਤਾਨ ਵਿੱਚ ਕਿਤੇ ਨਹੀਂ ਪੈਦਾ ਹੋ ਸਕਦਾ ਆ ਵਿੰਡੋ ਸਿਰਫ ਜਗ੍ਹਾ 'ਚ ਬੀਜ ਪੈਦਾ ਕਰਨ ਦੀ ਪਰ ਅਸੀਂ ਰਸ਼ਨ ਪੈਦਾ ਕਰੀ ਜਾ ਰਹੇ ਹਾਂ ਜਿਹੜਾ ਤੁਸੀਂ ਨੈਟ ਹਾਊਸ ਤਿਆਰ ਕੀਤਾ ਇਹ ਕਿੰਨੀ ਕ ਜਗ੍ਹਾ 'ਚ ਤਿਆਰ ਹੋਇਆ ਹੈ ਔਰ ਇਹਦੇ ਤੋਂ ਕਿੰਨਾ ਬੀਜ ਜਿਹੜਾ ਰੈਡੀ ਹੋਏਗਾ ਕਿੰਨੀ ਏਕੜ ਫਸਲ ਦੇ ਲਈ ਇਹ ਸਾਡਾ 70000 ਸquare ਮੀਟਰ 'ਚ ਲੱਗਿਆ ਹੋਇਆ ਹੈ ਜੀ ਇਹਦੇ 'ਚ ਅਸੀਂ ਦੋ ਵਾਰ ਫਸਲ ਲਾਉਨੇ ਆ ਪਹਿਲੀ ਅਸੀਂ ਲਾਉਨੇ ਆ ਆਪਣੀ ਅਕਤੂਬਰ ਦੇ ਅਖੀਰ 'ਚ ਫਿਰ 15 ਜਨਵਰੀ ਦੇ ਨੇੜੇ ਜਿਹੜੇ ਦੁਬਾਰਾ ਫਸਲ ਲਾ ਦਿੰਨੇ ਆ ਇਹਦੇ 'ਚ ਤੇ ਦੋ ਫਸਲਾਂ 'ਚੋਂ ਅਸੀਂ ਤਕਰੀਬਨ 1 ਏਕੜ ਦਾ ਸਾਡੇ ਕੋਲ ਮੀਨੀ ਟਿਊਬਰ ਆ ਜਾਂਦਾ ਜੀ ਜਿਹੜਾ ਤਕਰੀਬਨ ਲੱਗ ਭਾਗ 3 ਲੱਖ ਦੇ ਨੇੜੇ ਤੇ ਜੀ ਉਹਦੀ ਕਾਸਟ ਦੇਖੇ ਤਾਂ ਉਹ ਹੁੰਦੀ ਹੈ ਕਹਿੰਦੇ ਹੁੰਦੇ ਨੇ ਜਿੱਦ ਨੂੰ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਜੀ ਉਹ ਗੱਲ ਸਹੀ ਆ ਤੇ ਬਾਕੀ ਲੋਕ ਤਾਂ ਐਵੇਂ ਹੀ ਬਾਹਰ ਨੂੰ ਤੁਰੇ ਫਿਰਦੇ ਆ ਮੈਂ ਤਾਂ ਖੁਦ ਜਾ ਕੇ ਦੇਖ ਕੇ ਆਇਆ ਇਟਲੀ ਦੇ ਵਿੱਚ ਮੈਂ 2-3 ਮਹੀਨੇ ਕੰਮ ਕੀਤਾ ਮੈਂ ਤਾਂ ਕਹਿੰਦਾ ਉਹਨੇ ਜਿਹਦੇ ਕੋਲ ਇੱਥੇ 2 ਏਕੜ ਜ਼ਮੀਨ ਆ ਉਹ ਵੀ ਜੇ ਕੰਮ ਕਰੇ ਤਾਂ ਉਹ ਇੱਥੇ ਵੀ ਕਾਮਯਾਬ ਹੋ ਸਕਦਾ ਬਹੁਤ سارے ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਦੋਂ ਖੇਤਾਂ ਨੂੰ ਜਿਹੜੇ ਪ੍ਰਾਲੀ ਖੇਤਾਂ 'ਚ ਨਹੀਂ ਵਾ ਸਕਦੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਚੰਗੀ ਫਸਲ ਨਹੀਂ ਮਿਲਦੀ ਤੁਨਹੀਂ ਇਹ ਤਾਂ ਜੀ ਜਿਹੜਾ ਕੰਮ ਕਰਨ ਦੀ ਬੰਦੇ ਦੀ ਨੀਅਤ ਹੋਵੇ ਨਾ ਤਾਂ ਫਿਰ ਕੋਈ ਵੀ ਕੰਮ ਇਨਸਾਨ ਦੇ ਮੂਰੇ ਕੋਈ ਵੀ ਐਸਾ ਜਿਹਾ ਕੰਮ ਨਹੀਂ ਹੈਗਾ ਜਿਹੜਾ ਨਾ ਕਰ ਸਕੀਏ ਇਸ ਤਰ੍ਹਾਂ ਪਹਿਲਾਂ ਸਬਜ਼ੀਆਂ ਜੀ ਹੁੰਦੀ ਸੀ ਹੁਣ ਸਾਡੇ ਕੋਲ ਫੁੱਲ ਨਹੀਂ ਗੇਂਦੇ ਦੇ ਜਿਹੜੀ ਸਾਡੀ ਡੇਲੀ ਇਨਕਮ ਹੈ ਜਦੋਂ ਮਰਜ਼ੀ ਪੈਸੇ ਲੱਗੇ ਹੋਏ ਨੇ ਦਰਖਤਾਂ ਨੂੰ ਤੋੜ ਕੇ ਜਦੋਂ ਮਰਜ਼ੀ ਵੇਚ ਲੀਂ ਤਾਂ ਆਲੂ ਦੀ ਕਿੰਨੀ ਖੇਤੀ ਕਰ ਰਿਹਾ ਹਾਂ ਬੀਜ ਤੋਂ ਇਲਾਵਾ ਐਸ ਵਾਰ ਆਲੂ ਮੇਰੇ ਕੋ ਬੀਜ ਤੋਂ ਲਾਵਾ 12 ਏਕੜ ਆਲੂ ਲੱਗੇ ਰਸੂਨਾ ਤੇ 3 ਏਕੜ ਮੇਰੇ ਕੋ ਬੀਜੜਾ ਲੱਗੇ ਹੈ ਜਿਹਦੇ ਚ 1 ਏਕੜ ਟੂਰ ਲੱਗਿਆ ਮੀਨੀ ਟੂਰ 1 ਏਕੜ ਮੇਰੇ ਕੋ ਜੀਵਨ ਲੱਗਿਆ ਹੋਇਆ ਤੇ 1 ਏਕੜ ਮੇਰੇ ਕੋ ਲੱਗਿਆ ਹੋਇਆ ਜਿਹੜਾ ਆਪਣਾ ਸਰਟੀਫਾਈਡ ਤੋਂ ਅਸੀਂ ਅੱਗੇ ਵੇਚਦੇ ਹਾਂ ਸਰਕਾਰ ਨਾਲ ਗਿਲੇ ਰੋਸੇ ਹੈਗੇ ਤੁਹਾਡੇ ਹਾਂਜੀ ਅਸਲ ਚ ਸਰਕਾਰ ਦੇ ਜਿਹੜੇ ਪਾਲਿਸੀ ਮੇਕਰ ਨੇ ਨਾ ਉਹਨਾਂ ਨੂੰ ਗਰਾਉਂਡ ਰਿਐਲਿਟੀ ਪਤਾ ਹੀ ਨਹੀਂ ਏਸੀ ਚ ਬਹਿ ਕੇ ਪਾਲਸੀਆਂ ਬਣਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਆਲੂ ਦਾ ਸਰਕਾਰ ਚਾਇ ਕੁਛ ਨਾ ਕਰੇ ਇੱਕ ਕੰਮ ਕਰ ਦਵੇ ਆਲੂ ਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਦੇ ਆਲੂ ਨੂੰ ਸਰਕਾਰ ਐਕਸਪੋਰਟ ਕਰਨ ਦੀ ਇਜਾਜ਼ਤ ਕਦੋਂ ਦਿੰਦੀ ਆ ਜੁਲਾਈ ਚ ਜਾ ਕੇ ਜਦੋਂ ਸਾਡੀ ਬਰਸਾਤ ਦਾ ਪਤਾ ਲੱਗ ਜਾਂਦਾ ਵੀ ਬਰਸਾਤ ਜ਼ਿਆਦਾ ਹੋਣੀ ਹੈ ਜਾਂ ਘੱਟ ਹੋਣੀ ਹੈ ਉਦੋਂ ਉਦੋਂ ਸਾਡਾ ਆਲੂ ਐਕਸਪੋਰਟ ਦੇ ਲੈ ਕੇ ਨਹੀਂ ਹੁੰਦਾ ਬਿਨਾ ਕਰਜ਼ੇ ਤੋਂ ਖੇਤੀ ਕਿਵੇਂ ਕੀਤੀ ਜਾ ਸਕਦੀ ਦੀ ਕਰਜ਼ੇ ਦੀ ਜਿਹੜੀ ਗੱਲਾਂ ਨੇ ਕਰਜ਼ਾ ਜੇ ਤੁਸੀਂ ਲੈ ਲਿਆ ਮੰਨ ਲਓ ਸਾਈਕਲ ਵਾਸਤੇ ਕਰਜ਼ਾ ਲਿਆ ਉਹਨੂੰ ਸਾਈਕਲ ਤੇ ਹੀ ਇੰਸਤੋ ਟਰੈਕਟਰ ਵਾਸਤੇ ਕਰਜ਼ਾ ਲੈ ਜਾ ਟਰੈਕਟਰ ਸਾਨੂੰ ਚਾਹੀਦਾ ਹੀ ਹੈ ਕਰਜ਼ਾ ਲੈਣਾ ਹੀ ਪੈਣਾ 10-10 ਲੱਖ ਦੇ ਟਰੈਕਟਰ ਨੇ ਕੋਈ ਇਦਾਂ ਜੀਮਦਾਰ ਕਿਵੇਂ ਲੈ ਲੂ ਪਰ ਜੇ ਹੁਣ ਟਰੈਕਟਰ ਲੈ ਲਿਆ ਤੇ ਮੁੜ ਕੇ ਕੋਈ ਦਿਵਾਨਾ ਤੇ ਭੁਜਾਈ ਫਿਰਦਾ ਕੋਈ ਟੋਚਨ ਪਾਉਂਦਾ ਕੋਈ ਕੁਸ਼ ਕਰਦਾ ਜੇ ਇਹ ਕੰਮ ਕਰਾਂਗੇ ਫਿਰ ਫੇਲੇ ਹੋਵਾਂਗੇ ਪੂਰੀ ਨਹੀਂ ਵੀ ਤੁਸੀਂ ਨਵਾਂ ਟਰੈਕਟਰ ਲੈ ਕੇ ਖੇਤੀ ਕਰਨੀ ਇੱਕ ਬਹੁਤ ਵੱਡੀ ਤਰਾਸ਼ ਦੀ ਆ ਵੀ ਨਵਾਂ ਹੀ ਟਰੈਕਟਰ ਲੈਣਾ ਅਸੀਂ ਜੋਂਡੀਅਰੇ ਲੈਣਾ ਅਸੀਂ ਅਰਜਣੇ ਲੈਣਾ ये दिन दरमदर की गल्ला तो परहेज करना चाहिए मेरे सामने से फालतू हट जा ਸ਼ੇਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਅਕਸਰ ਅਸੀਂ ਤੁਹਾਨੂੰ ਸਫਲ ਕਿਸਾਨਾਂ ਦੇ ਨਾਲ ਮਿਲਵਾਉਂਦੇ ਰਹਿੰਦੇ ਆ ਉਹ ਕਿਸਾਨ ਜੋ ਬਹੁਤ ਹੀ ਥੋੜੀ ਫਸਲ ਵਿੱਚੋਂ ਬੜਾ ਚੰਗਾ ਮੁਨਾਫਾ ਲੈਂਦੇ ਨੇ ਔਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਦਿਵਾਲਾ ਵਿਖੇ ਇੱਥੇ ਕਿਸਾਨ ਸੁਖਜੀਤ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਆਲੂ ਦੀ ਖੇਤੀ ਕਰਦੇ ਨੇ ਪਰ ਆਲੂ ਦੇ ਜਿਹੜੇ ਬੀਜ ਨੂੰ ਅੱਗੇ ਸੇਲ ਕਰਨ ਲਈ ਵੇਚਦੇ ਨੇ ਔਰ ਸੇਲ ਕਰਦੇ ਨੇ ਔਰ ਨਾਲ ਦੀ ਨਾਲ ਹੋਰ ਕਿਹੜੀ ਖੇਤੀ ਕਰਦੇ ਨੇ ਆਲੂ తరం దని కాలా ఆలూ ਚਟਾ ਆਲੂ ਲਾਲ ਆਲੂਰ ਪਰਪਲ ਆਲੂ ਦੀ ਜਿਹੜੀ ਇੱਥੇ ਖੇਤੀ ਹੁੰਦੀ ਹੈ ਔਰ ਕਿਸ ਤਰੀਕੇ ਦੇ ਨਾਲ ਸੁਖਜੀਤ ਸਿੰਘ ਸਫਲ ਕਿਸਾਨ ਬਣੇ ਨੇ ਬਹੁਤ ਸਾਰੇ ਅਵਾਰਡ ਇਹਨਾਂ ਦੇ ਹਿੱਸੇ ਆਏ ਨੇ ਔਰ ਅੱਜ ਅਸੀਂ ਇਹ ਸਭ ਕੁਝ ਤੁਹਾਨੂੰ ਸੁਣਾਉਣ ਲਈ ਇਹਨਾਂ ਦੇ ਦਿਲਚਸਪ ਕਹਾਣੀ ਪੰਜ ਚੈਨ ਦੇ ਕੋਲ ਸਵਾਗਤ ਕਰਦੇ ਹਾਂ ਡੇਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਆਪ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਕਿ ਬਹੁਤ ਸਾਰੇ ਕਿਸਾਨ ਅਕਸਰ ਕਹਿੰਦੇ ਕਿ ਸਾਨੂੰ ਆਲੂ ਦੀ ਖੇਤੀ ਤੋਂ ਬਹੁਤਾ ਮੁਨਾਫਾ ਨਹੀਂ ਹੁੰਦਾ ਆਲੂ ਦੀ ਖੇਤੀ ਨੂੰ ਇੱਕ ਪਾਸੇ ਤਾਂ ਗਰੀਬ ਦਾ ਮਿੱਤਰ ਕਿਆ ਜਾਂਦਾ ਹੈ ਔਰ ਦੂਜੇ ਪਾਸੇ ਕਹਿੰਦੇ ਕਿ ਇਹ ਘਾਟੇ ਵਾਲਾ ਸੌਦਾ ਵੀ ਹੈ ਨਹੀਂ ਘਾਟੇ ਵਾਲਾ ਸੌਦਾ ਤਾਂ ਕੋਈ ਵੀ ਨਹੀਂ ਹੁੰਦਾ ਜੀ ਉਹਨੂੰ ਸਿਰਫ ਕੰਮ ਨੂੰ ਕਰਨ ਦਾ ਥੋੜਾ ਢੰਗ ਹੋਣਾ ਚਾਹੀਦਾ ਕੁਦਰਤ ਨੇ ਪੰਜਾਬ ਨੂੰ ਇੰਨੀ ਵਧੀਆ ਵਿੰਡੋ ਦਿੱਤੀ ਆ ਜਿਹੜਾ ਬੀਜ ਪੰਜਾਬ ਚ ਪੈਦਾ ਹੋ ਸਕਦਾ ਹਿੰਦੁਸਤਾਨ ਚ ਕਿਤੇ ਨਹੀਂ ਪੈਦਾ ਹੋ ਸਕਦਾ ਆ ਵਿੰਡੋ ਸਾਡੇ ਕੋਲ ਬੀਜ ਪੈਦਾ ਕਰਨ ਦੀ ਪਰ ਅਸੀਂ ਰਾਸ਼ਨ ਪੈਦਾ ਕਰੀ ਜਾ ਰਹੇ ਹਾਂ ਤੁਸੀਂ ਆਲੂ ਦਾ ਬੀਜ ਪੈਦਾ ਕਰਦੇ ਹੋ ਔਰ ਕਿੰਨੇ ਪ੍ਰਕਾਰ ਦੇ ਆ ਕਿੰਨੀਆਂ ਕਿਸਮਾਂ ਨੇ ਤੁਹਾਡੇ ਕੋਲ ਆਲੂ ਦੇ ਇਸ ਵੇਲੇ ਸਾਡੇ ਕੋਲ ਇਸ ਟਾਈਮ ਸੱਤ ਅੱਠ ਕਿਸਮਾਂ ਹੈਗੀਆਂ ਜੀ ਅਸੀਂ ਵੀ ਦੋ ਕਿਸਾਂਾਂ ਤੋਂ ਹੀ ਲੱਗੇ ਪਹਿਲਾਂ ਅਸੀਂ ਵੀ ਫਾਰਮਰਾਂ ਨੂੰ ਕਹਿੰਦੇ ਸੀ ਵੀ ਆਲੂ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਹੁਣ ਅਸੀਂ ਟਿਊਬਰ ਖੁਦ ਪੈਦਾ ਕਰਦੇ ਹਾਂ ਟਿਸ਼ੂ ਕਲਚਰ ਪਲਾਂਟਸ ਲਿਆ ਕੇ ਨੈੱਟ ਹਾਊਸ ਦੇ ਅੰਦਰ ਲਗਾਉਂਦੇ ਹਾਂ ਉਹਨਾਂ ਨੂੰ ਤੇ ਉਹ ਤੋਂ ਟਿਊਬਰ ਖੁਦ ਪੈਦਾ ਹੁੰਦਾ ਜਿਹੜਾ 8 ਤੋਂ 10 ਰੁਪਏ ਦਾ ਇੱਕ ਵੈਰੀਟੀ ਵਾਈਜ਼ ਹੁੰਦਾ ਤੇ ਉਹ ਤੋਂ ਅੱਗੇ ਜੀਵਨ ਜੀ 2 ਪੈਦਾ ਕਰਦੇ ਹਾਂ ਤੇ ਉਹੀ ਜੇ ਅਸੀਂ ਰਾਸ਼ਨ ਪੈਦਾ ਕਰੀਏ ਤੇ ਉਹ ਸਾਡੀ ਗੋਰੀ ਉਹੀ 4-500 ਨੂੰ ਵਿਕਣੀ ਹੈ ਜੇ ਟਿਊਬਰ 8-10 ਰੁਪਏ ਦਾ ਇੱਕ बिकੇ ਜਾਂਦਾ ਫਿਰ ਪ੍ਰੋਫਟ ਤਾਂ ਫਿਰ ਹੋਣਾ ਹੀ ਹੋਣਾ ਜੀ ਹਾਂ ਬਹੁਤ ਸਾਰੇ ਲੋਕ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਡਾਇਮੰਡ ਆਲੂ ਨੂੰ ਲਾਲ ਆਲੂ ਨੂੰ ਔਰ ਚਟੇ ਆਲੂ ਨੂੰ ਜਿਹੜੀ ਪੈਲ ਦਿੰਦੇ ਨੇ ਤੁਸੀਂ ਆਪਣੇ ਖੇਤਾਂ 'ਚ ਕਾਲਾ ਆਲੂ ਔਰ ਪਰਪਲ ਆਲੂ ਜਿਹੜਾ ਦਾ ਬੀਜ ਲੈ ਕੇ ਆਏ ਹੋ ਤਾਂ ਇਹ ਕੀ ਲੱਗਦਾ ਕਿ ਥੋਣ ਦੇ ਜਿਹੜੇ ਲੋਕ ਨੇ ਐਕਸੈਪਟ ਕਰਨਗੇ ਇਹਨੂੰ ਬਿਲਕੁਲ ਕਿਉਂਕਿ ਜਿਹੜੀ ਪਰਪਲ ਆਲੂ ਉਹ ਤਾਂ ਆਪਣੀ ਹੀ ਵੈਰੈਟੀ ਹੈ ਸੀਪੀਆਰਆਈ ਦੀ ਹੈਗੀ ਆ ਕੁਫਰੀ ਨੀਲਕੰਠ ਹਾਂ ਤੇ ਜਿਹੜੀ ਕਾਲੇ ਆਲੂ ਉਹ ਇੱਕ ਅਫਰੀਕਾ ਦੀ ਵੈਰੈਟੀ ਹੈਗੀ ਆ ਪਰਪਲ ਕਾਂਗੋ ਹੂੰ ਉਹ ਖਾਣ ਦੇ ਵਿੱਚ ਬੜੀਆਂ ਵਧੀਆ ਵੈਰੈਟੀਆਂ ਨੇ ਕਾਫੀ ਲੋਕਾਂ ਨੇ ਜਿਨ੍ਹਾਂ ਨੇ ਬਾਹਰ ਖਾਧੀਆ ਮੈਨੂੰ ਫੋਨ ਵੀ ਆਉਂਦੇ ਵੀ ਬਾਈ ਜੀ ਇਹ ਸਾਨੂੰ ਇਹ ਬੀਜ ਦਿਓ ਅਸੀਂ ਉਹ ਥੋੜੇ ਲੈਵਲ ਤੇ ਟਰਾਈ ਕਰ ਰਹੇ ਆ ਜਿੱਦਾਂ 100 200 ਆਲੂ ਲੈ ਕੇ ਉਹਨੂੰ ਟਰਾਈ ਕਰ ਰਹੇ ਆ ਤੇ ਬਾਕੀ ਜਿਹੜੀ ਚਿੱਟੇ ਲਾਲ ਆਲੂ ਜਿਹਨਾਂ ਲਾਲ ਆਲੂ ਆ ਜਿਹਨੂੰ ਆਪਣਾ ਐਲ ਆਰ ਕਿਹਾ ਜਾਂਦਾ ਉਹ ਤਾਂ ਸਾਰਾ ਪੈਪਸੀ ਲੈਂਦੀ ਆ ਜੀ ਪੈਪਸੀ ਜਾਂਦਾ ਉਹ ਆਮ ਬਾਜ਼ਾਰ 'ਚ ਬਹੁਤ ਘੱਟ ਵਿਕਦਾ ਉਹ ਤੇ ਚਿੱਟੇ ਆਲੂ ਜਿੱਦਾਂ ਡਾਇਮੰਡ ਦੀ ਤੁਸੀਂ ਗੱਲ ਕੀਤੀ ਹੈ ਡਾਇਮੰਡ ਖਾਣ ਵਾਸਤੇ ਬੜਾ ਵਧੀਆ ਰਾਸ਼ਨ ਵਾਸਤੇ ਬੜਾ ਵਧੀਆ ਲੋਕ ਕਾਫੀ ਡਿਮਾਂਡ ਕਰਦੇ ਆ ਉਦੀ ਡਾਇਮੰਡ ਦੀ ਹੂੰ ਔਰ ਅਸੀਂ ਗੱਲ ਕਰਦੇ ਆ ਆਲੂ ਦੀ ਜਿੱਤੇ ਜਦੋਂ ਆਲੂ ਦਾ ਤੁਸੀਂ ਹੁਣ ਬੀਜ ਤਿਆਰ ਕਰ ਰਹੇ ਹੋ ਪਹਿਲੀ ਗੱਲ ਕਿ ਇਹ ਲਿਆਇਆ ਲੈ ਲੰਦਾ ਕਿੱਥੋਂ ਗਿਆ ਦੂਸਰੀ ਗੱਲ ਇਹਨੂੰ ਬੀਨਾ ਕਿਸ ਤੇ ਕਿੰਨਾ ਬੀਜ ਨਾਲ ਜਦੋਂ ਇਹਨੂੰ ਮਿੱਟੀ ਕਿਹੜੀ ਚਾਹੀਦੀ ਆ ਕਿੰਨਾ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਕਿਸ ਤਰੀਕੇ ਨਾਲ ਇਹਦੇ ਦੇਖਭਾਲ ਕਰਦੇ ਹੋ ਕਿ ਚੰਗਾ ਬੀਜ ਜਿਹੜਾ ਪੈਦਾ ਹੋਵੇ ਉਨੀ ਸਭ ਤੋਂ ਪਹਿਲਾਂ ਤਾਂ ਅਸੀਂ ਨੈੱਟ ਹਾਊਸ ਦੇ ਅੰਦਰ ਪੈਦਾ ਕਰਦੇ ਆ ਜਿਹੜਾ ਬੂਟਾ ਲੈ ਕੇ ਆਉਂਦੇ ਆ ਨਾ ਉਹ ਇੰਨਾ ਸੰਸਟਿਵ ਹੁੰਦਾ ਤੁਸੀਂ ਬਾਹਰ ਲਾ ਨਹੀਂ ਸਕਦੇ ਜੇ ਤੁਸੀਂ ਬਾਹਰ ਲਾਤਾ ਤੇ ਉਹਦੇ ਵਿੱਚ ਵਾਇਰਸ ਆ ਗਿਆ ਤੇ ਤੁਹਾਡਾ ਸਾਰਾ ਆਲੂ ਖਤਮ ਹੋ ਗਿਆ ਉਹ ਇਸ ਕਰਕੇ ਵਾਇਰਸ ਨੂੰ ਰੋਕਣ ਵਾਸਤੇ ਉਹਨੂੰ ਨੈੱਟ ਹਾਊਸ ਦੇ ਅੰਦਰ ਲਾਇਆ ਜਾਂਦਾ ਕਿਉਂਕਿ ਵਾਇਰਸ ਕਾ ਤੋਂ ਆਉਂਦਾ ਵਾਇਰਸ ਆਉਂਦਾ ਜਾਂ ਤਾਂ ਵਾਈਟ ਫਲਾਈ ਤੋਂ ਆਉਂਦਾ ਜਾਂ ਆਪਣੇ ਐਫਰਟ ਤੇਲੇ ਤੋਂ ਆਉਂਦਾ ਇਹ ਦੋਹਾਂ ਚੀਜ਼ਾਂ ਨੂੰ ਰੋਕਣ ਵਾਸਤੇ ਆਪਾਂ ਨਹੀਂ ਰੋਕ ਸਕਦੇ ਇਕੱਲੇ-ਇਕੱਲੇ ਬੂਟੇ ਦੇ ਕੋਲ ਆਪਾਂ ਕੋਈ ਕੁਝ ਨਹੀਂ ਕਰ ਸਕਦੇ ਵੀ ਇਹਨੂੰ ਰੋਕ ਇੱਥੇ ਆਪਾਂ ਤੇਲਾ ਨਹੀਂ ਆਉਣ ਦੇਣੇ ਤੇ ਚਿੱਟੀ ਮੱਖੀ ਨਹੀਂ ਆਉਣ ਦੇਣੀ ਉਹਦੇ ਵਾਸਤੇ ਫਿਰ ਨੈੱਟ ਹਾਊਸ ਆ ਅਸੀਂ ਦੇਖ ਰਹੇ ਸੀ ਕਿ ਨੈੱਟ ਹਾਊਸ ਦੇ ਵਿੱਚ ਇੱਕ ਰੱਸੀ ਦੇ ਨਾਲ yellow ਕਲਰ ਦੀਆਂ ਥੈਲੀਆਂ ਟੰਗੀਆਂ ਹੋਈਆਂ ਨੇ ਉਹ ਕਿਉਂ ਲਗਾਈਆਂ ਗਈਆਂ ਨੇ ਇਹ ਜੈਲੋ ਟਰੈਪ ਕਹਿੰਦੇ ਜੀ ਇਹਨਾਂ ਨੂੰ ਇਹਦੇ ਤੇ ਤੇਲਾ ਜਾਂ ਚਿੱਟੀ ਮੱਖੀ ਜੋ ਵੀ ਹੁੰਦਾ ਹੈ ਜੈਲੋ ਰੰਗ ਤੇ ਜਾ ਕੇ ਅਟ੍ਰੈਕਟ ਹੁੰਦਾ ਤੇ ਉੱਥੇ ਉਹਦੇ ਉੱਤੇ ਗਮ ਲਗਾਈ ਹੁੰਦੀ ਗੂੰਦ ਲਗਾਈ ਜਾਂਦੀ ਹੈ ਤੇ ਉਹਦੇ ਨਾਲ ਚਿੰਬੜ ਜਾਂਦਾ ਤੇ ਉਹ ਅੱਗੇ ਤੁਹਾ ਜਿਹੜਾ ਤੁਸੀਂ ਨੈਟ ਹਾਊਸ ਤਿਆਰ ਕੀਤਾ ਇਹ ਕਿੰਨੀ ਕ ਜਗ੍ਹਾ 'ਚ ਤਿਆਰ ਹੋਇਆ ਹੈ ਔਰ ਇਹਦੇ ਤੋਂ ਕਿੰਨਾ ਬੀਜ ਜਿਹੜਾ ਰੈਡੀ ਹੋਏਗਾ ਕਿੰਨੀ ਏਕੜ ਫਸਲ ਦੇ ਲਈ ਇਹ ਸਾਡਾ 700 ਸquare ਮੀਟਰ 'ਚ ਲੱਗਿਆ ਹੋਇਆ ਜੀ ਇਹਦੇ 'ਚ ਅਸੀਂ ਦੋ ਵਾਰ ਫਸਲ ਲਾਉਨੇ ਆ ਪਹਿਲੀ ਅਸੀਂ ਲਾਉਨੇ ਆ ਆਪਣੀ ਅਕਤੂਬਰ ਦੇ ਅਖੀਰ 'ਚ ਫਿਰ 15 ਜਨਵਰੀ ਦੇ ਨੇੜੇ ਜਿਹੜੇ ਦੁਬਾਰਾ ਫਸਲ ਲਾ ਦਿੰਨੇ ਆ ਇਹਦੇ 'ਚ ਤੇ ਦੋ ਫਸਲਾਂ 'ਚੋਂ ਅਸੀਂ ਤਕਰੀਬਨ 1 ਏਕੜ ਦਾ ਸਾਡੇ ਕੋਲ ਮਿਨੀ ਟਿਊਬਰ ਆ ਜਾਂਦਾ ਜੀ ਜਿਹੜਾ ਤਕਰੀਬਨ ਲਗਭਗ 3 ਲੱਖ ਦੇ ਨੇੜੇ ਤੇ ਜੀ ਉਹਦੀ ਕਾਸਟ ਦੇਖੇ ਤਾਂ ਉਹ ਹੁੰਦੀ ਹੈ ਜੀ ਉਹਦੀ ਹੂੰ ਉਹਨਾਂ ਤੱਕ ਜਿਹੜੇ ਕਰ ਅਸੀਂ ਗੱਲ ਕਰੀਏ ਤਾਂ ਹੁਣ ਪਹਿਲਾ ਜਿਹੜਾ ਟ੍ਰਾਇਲ ਹੈ ਹਨਾ ਤੇ ਤੁਸੀਂ ਆਪਣੇ ਖੇਤਾਂ 'ਚ ਇਹਨੂੰ ਆ ਜਾ ਕੇ ਯੂਜ਼ ਕਰੋਗੇ ਜਾਂ ਫਿਰ ਹਾਲੇ ਕੋਈ ਲੈਣ ਆਊਗਾ ਤਾਂ ਦੋਵਾਂਗੇ ਉਹਨਾਂ ਨੂੰ ਨਹੀਂ ਅਸੀਂ ਜਿਹੜੀ ਇਹ ਮਹਿੰਗਾ ਬਹੁਤ ਹੁੰਦਾ ਜੀ ਇਹਨੂੰ ਬਹੁਤ ਘੱਟ ਲੋਕ ਲਾਉਂਦੇ ਆ ਤੇ ਅਸੀਂ ਤਾਂ ਕਹਿੰਦੇ ਆ ਵੀ ਜਿਹਨੇ ਬੀਜ ਵਾਸਤੇ ਲੈਣਾ ਜਾਂ ਤਾਂ ਉਹ ਜੀ 1 ਲਵੇ ਜਾਂ ਜੀ 2 ਲਵੇ ਜਾਂ ਜੀ 3 ਲਵੇ ਹੂੰ ਕਿਉਂਕਿ ਇੰਨੇ ਮਹਿੰਗੇ ਲੈਣ ਦਾ ਕੋਈ ਫਾਇਦਾ ਨਹੀਂ ਪਰ ਫਿਰ ਵੀ ਜੇ ਕੋਈ ਕੇਅਰ ਕਰ ਸਕਦਾ ਬਹੁਤ ਹੈਗੇ ਲੋਕ ਮਿਹਨਤੀ ਜਿਹੜੇ ਨਹੀਂ ਇਹ ਚ ਵਾਇਰਸ ਵਗੈਰਾ ਆਉਣ ਦਿੰਦੇ ਸਾਮ ਸੰਭਾਲ ਰੱਖਦੇ ਆ ਤੇ ਆਪਣੇ ਖੇਤ ਚ ਵੀ ਟਰੈਪ ਲਾਉਂਦੇ ਆ ਅਸੀਂ ਸਾਡੇ ਖੇਤਾਂ ਚ ਵੀ ਟਰੈਪ ਲੱਗੇ ਹੋਏ ਨੇ ਤੇ ਉੱਥੇ ਆਪਣਾ ਜਿਹੜੀ ਇਹ ਤੋਂ ਤੇਲੇ ਤੋਂ ਚਿੱਟੀ ਮੱਖੀ ਤੋਂ ਦਵਾਈ ਆ ਇੱਕ ਟਾਰਾ ਜਾਂ ਮੀਡਾ ਬਦਲ ਬਦਲ ਕੇ 10 ਦਿਨਾਂ ਬਾਅਦ ਕਰਦੇ ਰਹਿੰਦੇ ਆ ਉੱਥੇ ਨਹੀਂ ਆਉਂਦਾ ਤੇ ਰੋਕ ਰਹਿੰਦੀ ਆ ਤੇ ਇੱਕ ਦੇ ਆਲੇ ਦਾਲੇ ਅਸੀਂ ਜਿੱਥੇ ਖੇਤ ਤੇ ਸਾਡੇ ਆਲੂ ਲੱਗੇ ਹੁੰਦਾ ਸੀ ਦੇ ਆਲੇ ਦਾਲੇ ਗਿੰਦੇ ਦੀ ਅਸੀਂ ਹੱਜ ਬਣਾਉਨੇ ਉਹਦੇ ਅਲੇ-ਦਲੇ ਗਿੰਦੇ ਦੀ ਦੀਵਾਰ ਕਰਦੇ ਆ ਵੀ ਤੇਲਾ ਜਾਂ ਚਿੱਟੀ ਮੱਖੀ ਜਿਆਦਾ ਆਵੇ ਤਾਂ ਇਹ ਗਿੰਦੇ ਤੇ ਚਲੇ ਜਾਵੇ। ਹੂੰ ਸਾਡੇ ਆਲੂਆਂ ਤੇ ਨਾ ਜਾਵੇ। ਹੂੰ ਇਦਾਂ ਦੇ ਤੁਸੀਂ ਜੇ ਤਰੀਕੇ ਵਰਤਦੇ ਹੋ ਤਾਂ ਤੁਹਾਡਾ ਬਚ ਜੂ ਖੇਤ ਦੇ ਵਿੱਚ। ਅਸੀਂ ਦੇਖ ਵੀ ਰਹੇ ਹਾਂ ਕਿ ਤੁਹਾਡੇ ਖੇਤਾਂ ਦੇ ਵਿੱਚ ਵੀ ਇੱਕ ਪਾਸੇ ਤਾਂ ਵੱਟਾਂ ਬਣੀਆਂ ਹੋਈਆਂ ਆਲੂ ਦੇ ਆਲੂ ਦੀਆਂ ਦੂਜੇ ਪਾਸੇ ਤੁਸੀਂ ਇੱਕ ਪਾਸੇ ਵੱਟਾਂ ਬਣਾਈਆਂ ਹੋਈਆਂ ਗਿੰਦੇ ਦੇ ਫੁੱਲਾਂ ਦੀਆਂ। ਤਾਂ ਇਹ ਬਹੁਤ ਵਧੀਆ ਕਿ ਜੇਕਰ ਕਹਿੰਦੇ ਕਿ ਕੰਮ ਕਰਨ ਦਾ ਢੰਗ ਤਰੀਕਾ ਹੋ ਜਾਂਦਾ ਨਾ ਤਾਂ ਉਸ ਉਹਦਾ ਮਤਲਬ ਉਹ ਨੂੰ ਉਹ ਕਦੇ ਵੀ ਜਿਹੜਾ ناکਾਮ ਨਹੀਂ ਹੋਏਗਾ। ਬਿਲਕੁਲ ਜੀ ਉਹ ਕਹਿੰਦੇ ਹੁੰਦੇ ਨੇ ਜੀਤ ਨੂੰ ਆ ਗਿਆ ਤਰੀਕਾ ਉਹਦੀ ਇੱਥੇ ਅਮਰੀਕਾ ਜੀ ਉਹ ਗੱਲ ਸਹੀ ਆ ਤੇ ਬਾਕੀ ਲੋਕ ਤਾਂ ਐਵੇਂ ਹੀ ਬਾਹਰ ਨੂੰ ਤੁਰੇ ਫਿਰਦੇ ਆ ਮੈਂ ਤਾਂ ਖੁਦ ਜਾ ਕੇ ਦੇਖ ਕੇ ਆਇਆ ਹਾਂ ਇਟਲੀ ਦੇ ਵਿੱਚ ਮੈਂ 2-3 ਮਹੀਨੇ ਕੰਮ ਕੀਤਾ ਮੈਂ ਤਾਂ ਕਹਿਣਾ ਹੁੰਦਾ ਜੀ ਜਿਹਦੇ ਕੋਲ ਇੱਥੇ 2 ਏਕੜ ਜ਼ਮੀਨ ਆ ਉਹ ਵੀ ਜੇ ਕੰਮ ਕਰੇ ਤਾਂ ਉਹ ਇੱਥੇ ਵੀ ਕਾਮਯਾਬ ਹੋ ਸਕਦਾ ਪਰ ਇੱਥੇ ਆਪਣੇ ਲੋਕ ਕੰਮੇ ਨਹੀਂ ਕਰਦੇ ਕੰਮ ਦੀ ਤਾਂ ਗੱਲ ਛੱਡੋ ਉੱਤੇ ਇੱਥੇ ਲੇਬਰ ਲੱਗੀ ਹੈ ਉਹਨੂੰ ਦੇਖਦੇ ਵੀ ਨਹੀਂ ਬੈਠ ਕੇ ਉੱਤੇ ਇਹ ਸਾਡੀ ਆਤਰਾਸ਼ ਦੀ ਹੈ ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਫੋਰਨ ਕੰਟਰੀ ਚ ਜਾ ਕੇ ਆਏ ਹੋ ਔਰ ਉੱਥੇ ਇੰਨਾ ਕੰਮ ਕਰਨਾ ਪੈਂਦਾ ਕਿ ਤੁਹਾਡੇ ਕੋਲ ਖਾਣਾ ਖਾਣ ਦਾ ਵੇਲ ਤੱਕ ਨਹੀਂ ਹੁੰਦਾ ਹਨਾ ਤਾਂ ਉੱਥੋਂ ਦੀ ਔਰ ਇੱਥੋਂ ਦੀ ਜ਼ਿੰਦਗੀ ਨੂੰ ਕਿਦਾਂ ਦੇ ਸਮਝਦੇ ਹੋ ਨਹੀਂ ਇੱਥੇ ਦੀ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਹੈ ਜੀ ਉਸ ਦੇ ਮੁਕਾਬਲੇ ਜੇ ਕੰਮ ਕਰਨ ਦੇ ਤਰਫੋਂ ਦੇਖੀ ਜੀ ਪੀਸ ਆਫ ਮਾਈਂਡ ਦੇਖੀ ਫਿਰ ਉੱਥੇ ਜ਼ਿਆਦਾ ਕਿਉਂਕਿ ਇੱਥੇ ਤਾਂ ਸਵੇਰੇ ਬੰਦਾ ਤਿਆਰ ਹੁੰਦਾ ਜਾਂ ਨੂੰ ਕੋਈ ਨਾ ਕੋਈ ਦਰਾਂ ਮੂਰੇ ਖੜਾਦਾ ਬਾਈ ਜੀ ਆਈ ਅੱਜ ਛਾਣੇ ਜਾਣਾ ਬਾਈ ਜੀ ਆਈ ਅੱਜ ਮੇਲੇ ਕੋਈ ਆਣ ਬਾਈ ਅੱਜ ਭੋਗ ਤੇ ਜਾਣਾ ਅੱਜ ਕਿਸੇ ਦੇ ਵਿਆਹ ਤੇ ਜਾਣਾ ਉੱਥੇ ਤੁਸੀਂ ਆਪਣਾ ਸਿੱਧਾ ਸਵੇਰੇ ਉੱਠਣਾ ਕਈਆਂ ਕੋ ਬਚਾਰਾ ਕੋ ਇੰਨਾ ਵੀ ਟਾਈਮ ਨਹੀਂ ਹੁੰਦਾ ਉਹ ਰੋਟੀ ਵੀ ਰਾਤ ਨੂੰ ਪਕਾ ਕੇ ਟਿਫਨ ਚ ਬੰਦ ਕੇ ਰੱਖਦੇ ਆ ਸਵੇਰੇ ਰੋਟੀ ਚੱਕਦੇ ਆ ਤੇ ਆਪਣਾ ਕੰਮ ਤੇ ਕੰਮ ਤੋਂ ਘਰੇ ਉੱਥੇ ਆ ਜਿੰਦਗੀ ਹੈ ਬਸ ਇੱਥੇ ਕੋਈ ਆ ਗਿਆ ਕੋਈ ਚਲੇ ਗਿਆ ਕੋਈ ਆ ਗਿਆ ਕੋਈ ਚਲੇ ਗਿਆ ਇੱਥੇ ਆ ਵਧੀਆ ਜ਼ਿੰਦਗੀ ਹੈ ਇੱਥੇ ਉੱਥੇ ਨਾਲੋਂ ਤਾ ਤੁਹਾਨੂੰ ਪ੍ਰਾਲੀ ਨਾ ਸਾੜਨ ਤੇ ਅਵਾਰਡ ਦਿੱਤਾ ਗਿਆ ਸਰਕਾਰਾਂ ਦੇ ਵੱਲੋਂ ਤੁਹਾਡੀ ਸੇ ਬਹੁਤ سارے ਜਿਹੜੇ ਅਵਾਰਡ ਆਏ ਨੇ ਤਾਂ ਜੇ ਤੁਸੀਂ ਪ੍ਰਾਲੀ ਸਾੜਦੇ ਨਹੀਂ ਤਾਂ ਉਹ ਪ੍ਰਾਲੀ ਨੂੰ ਦਾ ਕਿਦਾਂ ਪ੍ਰਯੋਗ ਕਰਦੇ ਹੋ ਕਿ ਖੇਤਾਂ ਦੇ ਵਿੱਚ ਉਹਨੂੰ ਵਾਹ ਦਿੰਦੇ ਹੋ ਤਾਂ ਜੇ ਖੇਤਾਂ 'ਚ ਵਾਹਨੇ ਅਕਸਰ ਕਿਸਾਨਾਂ ਦੀ ਇਹ ਗੱਲ ਆਖਣਾ ਬਹੁਤ سارے ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਦੋਂ ਖੇਤਾਂ ਨੂੰ ਜਿਹੜੇ ਪ੍ਰਾਲੀ ਖੇਤਾਂ 'ਚ ਨਹੀਂ ਵਾ ਸਕਦੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਚੰਗੀ ਫਸਲ ਨਹੀਂ ਮਿਲਦੀ ਹੈਗੀ ਨਹੀਂ ਇਹ ਤਾਂ ਜੀ ਜਿਹੜਾ ਕੰਮ ਕਰਨ ਦੀ ਬੰਦੇ ਦੀ ਨੀਅਤ ਹੋਵੇ ਨਾ ਹਾਂ ਤਾਂ ਫਿਰ ਕੋਈ ਵੀ ਕੰਮ ਮਨੁਸਾਨ ਦੇ ਮੂਰੇ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਨਾ ਕਰ ਸਕੀਏ ਜਿੱਦਾਂ ਪ੍ਰਾਲੀ ਜੇ ਆਲੂਆਂ ਵਾਸਤੇ ਬੋਨੇ ਆ ਉਹਦੇ ਥੋੜੇ ਖਰਚਾ ਜ਼ਿਆਦਾ ਹੁੰਦੇ ਐ ਸੀ ਮੰਨਣ ਨੂੰ ਤਿਆਰ ਹਾਂ ਪਰ ਉਹਦੇ ਮੁਕਾਬਲੇ ਤੁਹਾਡੇ ਖੇਤ ਦੀ ਸਿਹਤ ਜਾਂ ਤੁਹਾਡੇ ਆਲੂ ਤੇ ਦੋਕ ਸਾਲ ਪਹਿਲਾਂ ਮੈਂ ਤੁਹਾਨੂੰ ਦੱਸਦਾnga ਆਲੂਆਂ ਤੇ ਮੀਂਹ ਪੈ ਗਿਆ ਬਹੁਤ ਜ਼ਿਆਦਾ ਪਰ ਮੇਰੇ ਖੇਤਾਂ 'ਚ ਪ੍ਰਾਲੀ ਬਾਹੀ ਹੋਣ ਕਰਕੇ ਮੇਰਾ ਇੱਕ ਵੀ ਆਲੂ ਨਹੀਂ ਖਰਾਬ ਹੋਇਆ ਲੋਕਾਂ ਦੇ ਖੇਤਾਂ ਦੇ ਖੇਤ ਗੜ ਗਏ ਕਿਉਂਕਿ ਪਾਣੀ ਖੜਾ ਰਿਹਾ ਸਾਡੇ ਖੇਤ ਚ ਪ੍ਰਾਲੀ ਮਾਉਂਦੇ ਸੀ ਕਈ ਸਾਲ ਤੋਂ ਪਾਣੀ ਖੜਿਆ ਹੀ ਨਹੀਂ ਬਿਲਕੁਲ ਤੇ ਆਲੂ ਇੱਕ ਵੀ ਗਲਿਆ ਨਹੀਂ ਹੈਗਾ ਹਮ ਮਤਲਬ ਪਰ ਪ੍ਰਾਲੀ ਥੋੜੀ ਵਰਦਾਨ ਸਾਬਤ ਹੋਈ ਬਿਲਕੁਲ ਦੀ ਪ੍ਰਦਾਨ ਸਾਬਤ ਹੋ ਰਹੀ ਹੈ ਜੀ ਔਰ ਕਿਹੜੇ ਕਿਹੜੇ ਹੋ ਤੁਹਾਨੂੰ ਅਵਾਰਡ ਮਿਲ ਚੁੱਕੇ ਨੇ ਹੁਣ ਤੱਕ ਇਹਦੇ ਚ ਸਾਨੂੰ ਕਾਫੀ ਸਰਕਾਰਾਂ ਵੱਲੋਂ ਐਪਰੀਸ਼ੀਏਸ਼ਨ ਲੈਟਰ ਮਿਲੇ ਆ ਜਿਹੜੇ ਆਪਣੇ ਵਿਹਾਰ ਸਰਕਾਰ ਵੱਲੋਂ ਵੀ ਹੈਗਾ ਡੀ ਡਬਲਯੂ ਆਰ ਵੱਲੋਂ ਵੀ ਹੈਗਾ ਭਾਰਤ ਸਰਕਾਰ ਵੱਲੋਂ ਵੀ ਆ ਤੇ ਆਪਣਾ ਪੀਯੂ ਵੱਲੋਂ ਸਾਨੂੰ ਵੈਸਟ ਫਾਰਮਰ ਰਿਵਾਰਡ ਮੱਕੀ ਦਾ ਹਾਈਬ੍ਰਿਡ ਬੀਜ ਪੈਦਾ ਕਰਨ ਤੇ ਮਿਲਿਆ ਜੀ ਤੇ ਹੋਰ ਕਾਫੀ ਪੰਜਾਬ ਸਰਕਾਰ ਵੱਲੋਂ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਕਾਫੀ ਹੋਰ ਕਈ ਨਿੱਜੀ ਸੰਸਥਾਵਾਂ ਵੱਲੋਂ ਐਨਜੀਓ ਵੱਲੋਂ ਕਾਫੀ ਸਾਨੂੰ ਐਪਰੀਸ਼ੀਏਸ਼ਨ ਲੈਟਰ ਮਿਲੇ ਹਾਂ ਬਿਲਕੁਲ ਤੁਸੀਂ ਇੱਥੇ ਪਹਿਲਾਂ 6 ਏਕੜ ਜ਼ਮੀਨ 'ਚ ਖੇਤੀ ਕਰਦੇ ਸੀ ਹਨਾ ਹੁਣ ਤੁਹਾਡੇ ਕੋਲ ਇਸ ਵੇਲੇ 40 ਏਕੜ ਹੈ ਇਹ ਮਿਹਨਤ ਇੰਨੀ ਕੀਤੀ ਹੈ ਤਾਂ ਜੋ 40 ਏਕੜ ਦੀ ਖੇਤੀ ਕਰਨ ਦੇ लायक ਹੋਏ ਹੋ ਤੁਸੀਂ ਬਾਹਰ ਵੀ ਜਾ ਕੇ ਆਏ ਹੋ ਤੁਸੀਂ ਬਾਹਰ ਦੇਖਿਆ ਕਿ ਇੰਨਾ ਪੈਸਾ ਤਾਂ ਆਪਾਂ ਨੂੰ ਆਉਂਦਾ ਹੈ ਹਨਾ ਇੱਥੇ ਜ਼ਮੀਨ ਤੋਂ ਸਾਨੂੰ 6 ਮਹੀਨੇ ਬਾਅਦ ਸਾਨੂੰ ਪੈਸਾ ਇਕੱਠਾ ਆ ਜਾਂਦਾ ਹੈ ਹੋ ਸਕਦਾ ਹੈ ਕਿ ਤੁਸੀਂ ਬਹੁਤ ਸਾਰਾ ਪੈਸਾ ਫੜਿਆ ਹੋਵੇ ਕਿਤੇ ਤੋਂ ਆੜਤੀਆਂ ਤੋਂ ਫੜਿਆ ਹੋਵੇ ਜਦੋਂ ਬੀਜ ਲੈਣੇ ਹੁਣ ਉਦੋਂ ਤੁਸੀਂ ਕਰਜ਼ਾ ਲਿਆ ਹੋਵੇ ਬਹੁਤੇ ਕਿਸਾਨ ਐਵੇਂ ਕਰਦੇ ਆਂ ਤਾਂ ਉਹ ਫਿਰ ਅੱਧਾ ਜਦੋਂ ਫਸਲ ਦੀ ਕਮਾਈ ਆਉਂਦੀ ਆ ਅੱਧੀ ਤਾਂ ਇਦਾਂ ਹੀ ਨਿਕਲ ਜਾਂਦੀ ਹੁੰਦੀ ਆ ਤੇ ਜਦੋਂ ਤੁਸੀਂ ਬਾਹਰ ਸੀ ਉਦੋਂ ਕੀ ਸੋਚਿਆ ਕਿ ਇੱਥੇ ਚੰਗਾ ਪੈਸਾ ਆਉਂਦਾ ਮੈਂ ਉੱਥੇ ਇੰਡੀਆ ਜਾ ਕੇ ਕੀ ਲੈਣਾ ਨਹੀਂ ਨਹੀਂ ਉੱਥੇ ਵੀ ਅਸੀਂ ਦੇਖਿਆ ਸੀ ਜਿਹੜੇ ਉੱਥੇ ਫਾਰਮਰ ਦੇ ਕੰਮ ਕਰ ਰਹੇ ਸੀ ਨਾ ਫਾਰਮ ਤੇ ਉਹਦੇ 20 ਬਾਈ ਕਿੱਕਰਾਂ ਦੇ ਵਿੱਚ ਗ੍ਰੀਨ ਹਾਊਸ ਬਣੇ ਹੋਏ ਸੀ ਜਿਹੜੀ ਉਹਨਾਂ ਦੀ ਭਾਸ਼ਾ ਸਾਨੂੰ ਸਿਰਾ ਕਹਿੰਦੇ ਆ ਤੇ ਉੱਥੇ ਜਦੋਂ ਮੈਂ ਦੇਖਿਆ ਵੀ ਇੱਕ 20 ਬਾਈ ਕਿੱਲੇ ਵਾਲੇ ਬੰਦੇ ਦੇ 20 ਬੰਦੇ ਕੰਮ ਕਰ ਰਹੇ ਆ ਅਸੀਂ ਹਿੰਦੁਸਤਾਨ ਚ ਕਿਉਂ ਨਹੀਂ ਕਰ ਸਕਦੇ ਤੋ ਮੈਨੂੰ ਜਿਗਰ ਵੀ ਉਹ ਬੰਦੇ ਸਾਰੇ ਮੈਨੂੰ ਅੰਕਲੇ ਕਹਿੰਦੇ ਸੀ ਮੇਰਾ ਵੱਡਾ ਬ੍ਰਦਰ ਸੀ ਉਹਦੇ ਕਰਕੇ ਕਹਿੰਦੇ ਅੰਕਲ ਜੀ ਤੁਸੀਂ ਚੱਲੇ ਵੀ ਤੁਸੀਂ ਇੱਥੇ ਕੀ ਕਰਦਾ ਮੈਂ ਯਾਰ ਜਿੰਨੀ ਇਹ ਬੰਦੇ ਕੋਲ ਜ਼ਮੀਨਾਂ ਉੰਨੀ ਸਾਢੇ ਕੋਲ ਇੰਡੀਆ 'ਚ ਅਸੀਂ ਚਾਰ ਭਰਾ ਸਾਢੇ ਕੋਲ 22-23 ਕਿੱਲੇ ਜ਼ਮੀਨ ਸੀ ਤੇ ਹੁਣ ਚਲੋ ਅਲੱਗ-ਅਲੱਗ ਹੋ ਗਏ ਹੁਣ ਮੇਰੇ ਕੋਲ ਸਾਢੇ 6 ਕਿੱਲੇ ਜ਼ਮੀਨ ਹਨ ਤੇ ਉੱਥੇ ਵੀ ਕੋਈ ਉਹਨਾਂ ਨੇ ਲੱਗਿਆ ਵੀ ਇਹ ਬੰਦਾ ਕਰ ਸਕਦਾ ਅਸੀਂ ਕਿਉਂ ਨਹੀਂ ਕਰ ਸਕਦੇ ਹੁਣ ਅਸੀਂ ਇੱਥੇ 2 ਤੋਂ 3 ਏਕੜ ਕੈਸ਼ ਕ੍ਰੌਪ ਦੇ ਵਿੱਚ ਰੱਖਦੇ ਹਾਂ ਜਿਸ ਤਰ੍ਹਾਂ ਪਹਿਲਾਂ ਸਬਜ਼ੀਆਂ ਜੀ ਹੁੰਦੀ ਸੀ ਹੁਣ ਸਾਡੇ ਕੋਲ ਫਲ ਨੇ ਗੇ ਸਾਡੀ ਡੇਲੀ ਇਨਕਮ ਜਦੋਂ ਮਰਜ਼ੀ ਪੈਸੇ ਲੱਗੇ ਹੋਏ ਨੇ ਦਰਖਤਾਂ ਨੂੰ ਤੋੜ ਕੇ ਜਦੋਂ ਮਰਜ਼ੀ ਵੇਚ ਲੀ। ਕੋਈ ਦਿੱਕਤ ਨਹੀਂ। ਲੋਕੀ ਕਹਿੰਦੇ ਦਰਖਤਾਂ ਨੂੰ ਪੈਸੇ ਨਹੀਂ ਲੱਗਦੇ ਤੁਸੀਂ ਤਾਂ ਦਰਖਤਾਂ ਦੇ ਪੈਸੇ ਲਾਏ ਹੋਇਆ। ਬਿਲਕੁਲ ਲੱਗੇ ਹੋਇਆ ਜੀ ਬਿਲਕੁਲ ਲੱਗੇ ਹੋਇਆ ਤੇ ਦਿਵਾਲੀ ਤੇ ਅਸੀਂ ਫੁੱਲ 90 ਰੁਪਏ ਕਿਲੋ ਸਾਡੀ ਬੁਕਿੰਗ ਸੀ। ਹਮ ਅੱਧਾ ਏਕੜ ਸਾਡੇ ਕੋਲ ਲੱਗਿਆ ਹੋਇਆ ਸੀ ਉਹ ਚੋਂ ਅਸੀਂ 5 ਕੁਆਂਟਲ ਫੁੱਲ ਦਿਵਾਲੀ ਵਾਲੇ ਦਿਨ ਵੇਚਦੇ ਦੋ ਦਿਨਾਂ ਚ। ਅੱਛਾ ਜੀ। 5 ਕੁਆਂਟਲ ਹੁਣ ਤੁਸੀਂ ਦੇਖ ਲਓ 90 ਰੁਪਏ ਕਿਲੋ ਇੱਥੋਂ ਆ ਕੇ ਲੈ ਕੇ ਗਏ ਸਾਡੇ ਖੇਤ ਚੋਂ ਅ ਜੇ ਤੁਹਾਨੂੰ ਜਦਾਂ ਕਹਿੰਦੇ ਵੀ ਤਰੀਕਾ ਆਉਣਾ ਚਾਹੀਦਾ ਬਸ ਹੂੰ ਹੁਣ ਇਸ ਵੇਰੇ ਤੁਹਾਡੇ ਖੇਤਾਂ ਦੇ ਵਿੱਚ ਕੀ ਕੁਛ ਹੈ ਕਿਹੜੀ 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 ਫਸਲ ਇਸ ਵੇਲੇ ਤੁਸੀਂ ਉਗਾ ਰਹੇ ਹੋ ਇਸ ਵੇਰੇ ਮੇਰੇ ਕੋਲ ਤਿੰਨ ਵੈਰੇਟੀਆਂ ਦਾ ਫੁੱਲਾਂ ਦੀਆਂ ਲੱਗੀਆਂ ਹੋਏ ਇੱਕ ਤਾਂ ਪੰਜਾਬ ਨੰਬਰ 1 ਹੈ ਜਿਹੜਾ ਸੀਡ ਪ੍ਰੋਡਕਸ਼ਨ ਵਾਸਤੇ ਆ ਹੂੰ ਉਤੋਂ ਬਿਨਾ ਜਾਫਰੀ ਹੈ ਜਿਹਨੂੰ ਫਰਾਂਸੀਸੀ ਗਿੰਦਾ ਕਿਹਾ ਜਾਂਦਾ ਹੂੰ ਉਤੋਂ ਬਿਨਾ ਇੱਕ ਚਿੱਟਾ ਗਿੰਦਾ ਜਿਹਨੂੰ ਗੁਲ ਟੱਕਿਆ ਜਾਂਦਾ ਫੁੱਲਾਂ ਦੀਆਂ ਤਿੰਨ ਵੈਰੇਟੀਆਂ ਲੱਗੀਆਂ ਹੋਈਆਂ ਉਤੋਂ ਬਿਨਾ ਆਲੂ ਦੇ ਲੱਗੇ ਆ 10-12 ਏਕੜ ਤੇ ਬਾਕੀ ਕਣਕ ਲੱਗੀ ਹੋਈਆਂ ਨਵੀਆਂ ਵੈਰੈਟੀਆਂ ਜਿਹੜੀ 303 1270 ਇਹ ਵੈਰੈਟੀਆਂ ਸਾਡੇ ਕੋਲ ਲੱਗੀਆਂ ਹੋਈਆਂ ਕਿਸੇ ਕੰਪਨੀ ਦਾ ਬਰੀਡਰ ਸੀਡ ਆ ਤੇ ਉਹਨਾਂ ਨੂੰ ਅਸੀਂ ਸੀਡ ਤਿਆਰ ਕਰਕੇ ਦੇਣਾ ਅਸੀਂ ਤੁਹਾਡੇ ਘਰ ਬੈਠੇ ਸੀ ਅਸੀਂ ਦੇਖਿਆ ਕਿ ਡ੍ਰੈਂਗ ਰੂਮ ਦੇ ਵਿੱਚ ਇੱਕ ਪਾਸੇ ਗਮਲੇ 'ਚ ਇੱਦਾਂ ਸੱਟੇ ਲੱਗੇ ਹੋਇਆ ਇੱਕ ਪਾਸੇ ਉੱਪਰ ਸੱਟੇ ਲੱਗੇ ਹੋਇਆ ਇਹ ਕਿਉਂ ਤੁਸੀਂ ਸੱਟੇ ਇੱਥੇ ਕਣਕ ਦੇ ਕਿਉਂ ਰੱਖੇ ਹੋਏ ਸੀ ਅੰਦਰ ਨਹੀਂ ਉਹ ਜਿੱਦਾਂ ਸੀਪੀਆਰਐਸ ਅਸੀਂ ਟ੍ਰੇਨਿੰਗ ਵਾਸਤੇ ਜਾਂਦੇ ਰਹਿੰਦੇ ਹਾਂ ਉੱਥੇ ਇੱਕ ਡਾਕਟਰ ਸੁਖਵਿੰਦਰ ਸਿੰਘ ਨੇ ਇੰਜੀਨੀਅਰ ਨੇ ਵਸੇ ਉਹ ਆਪਣੇ ਜਲੰਧਰ ਉਹ ਕਹਿੰਦੇ ਹੁੰਦੇ ਆ ਕਹਿੰਦੇ ਬਈ ਤੁਹਾਡੇ ਕੰਮ ਨਾਲ ਸੰਬੰਧਤ ਤੁਹਾਡੇ ਡਰੈنگ ਰੂਮ ਚ ਫੋਟੋਆਂ ਲੱਗੀਆਂ ਹੋਣੀਆਂ ਚਾਹੀਦੀਆਂ ਫਿਰ ਪਤਾ ਲੱਗਦਾ ਵੀ ਬੰਦਾ ਕਰਦਾ ਕੁਝ ਜਾਂ ਨਹੀਂ ਕਰਦਾ ਉਹ ਉਹਨਾਂ ਦੀ ਜਿੱਦਾਂ ਕਹਿੰਦੇ ਨੇ ਦੇਣਾ ਵੀ ਬਾਕੀ ਅਸੀਂ ਦੇਖਿਆ ਵੀ ਬੰਦਾ ਆ ਕੇ ਦੇਖਦਾ ਜਦੋਂ ਵਾਕਈ ਬੰਦਾ ਕੀਤੀ ਕਰਦਾ ਨਹੀਂ ਤੁਸੀਂ ਕਿਸੇ ਦੇ ਘਰ ਚੱਲੋ ਕਿਸੇ ਦੇ ਐਕਟਰਾਂ ਦੀ ਫੋਟੋਆਂ ਲੱਗੀਆਂ ਨੇ ਕਿਸੇ ਦੇ ਕੋਸ਼ ਕਿਸਦਾ ਉਹਨਾਂ ਦਾ ਕੀ ਫਾਇਦਾ ਜੀ ਉਹਨਾਂ ਨੂੰ ਤਾਂ ਸਾਰੇ ਲੋਕ ਜਾਣਦੇ ਆ ਤੁਹਾਡੀ ਕੋਈ ਨਿਵੇਕਲੀ ਪਛਾਣ ਹੋਣੀ ਚਾਹੀਦੀ ਆ ਤਾਂ ਹੀ ਤਾਨੂੰ ਲੋਕ ਤੁਰੇ ਜਾਂਦੇ ਨੂੰ ਦੇਖ ਕੇ ਜਾਂਦੇ ਕਹਿੰਦੇ ਵੀ ਉਹ ਫਲਾਨਾ ਬੰਦਾ ਤੁਰਿਆ ਜਾਂਦਾ ਨਹੀਂ ਕੋਈ ਨਹੀਂ ਦੇਖਦਾ ਹਾਂ ਬਿਲਕੁਲ ਸਹੀ ਔਰ ਲੇਬਰ ਵਰਕ ਦੀ ਗੱਲ ਕਰਦੇ ਆ ਜਦੋਂ ਤੁਸੀਂ ਆਲੂ ਬੀਜਦੇ ਹੋ ਹਨਾ ਤਾਂ ਜਦੋਂ ਬਾਅਦ ਵਿੱਚ ਪੁੱਟਣਾ ਹੁੰਦਾ ਲੋ ਤਾਂ ਕਿੰਨੇ ਲੇਬਰ ਚਾਹੀਦੀ ਹੈ ਔਰ ਕਿੰਨੇ ਕ ਸਮੇਂ ਚ ਆਲੂ ਬਿਲਕੁਲ ਤਿਆਰ ਹੋ ਜਾਂਦਾ ਹੈ ਆਲੂ ਜਿਹੜਾ ਹੈਗਾ ਜੀ ਆਪਣਾ ਸੀਡ ਵਾਲਾ ਉਹ ਤਾਂ ਅਸੀਂ 45 ਤੋਂ 50 ਦਿਨਾਂ ਦਾ ਪੱਤਾ ਕੱਟ ਦਿੰਨੇ ਆ ਜੀ ਉਹ ਤਾਂ ਸਾਨੂੰ 5 ਜਨਵਰੀ ਤੋਂ ਪਹਿਲਾਂ ਪਹਿਲਾਂ ਪੱਤਾ ਕੱਟਣਾ ਹੁੰਦਾ ਹਾਂ ਬੈਸਤਾ ਸੀ ਦਸੰਬਰ ਖੀਰ ਚ ਕੱਟ ਦਿੰਨੇ ਆ ਜੇ ਇਸ ਵਾਰ ਜਿੱਦਾਂ ਲੇਟ ਹੋ ਗੇ ਨਾ ਉਹਨੂੰ ਲੱਗਣ ਚ ਬਰਸਾਤ ਕਰਕੇ ਇਸ ਵਾਰ 5 ਜਨਵਰੀ ਤੱਕ ਜਾ ਸਕਦੇ ਹਾਂ ਇਹ ਦੂੰਗਾਦਨੀ ਹੂੰ ਉਦੋਂ ਬਾਅਦ ਤਾਂ ਫਿਰ ਤੇਲੇ ਦਾ ਅਟੈਕ ਬਹੁਤ ਜ਼ਿਆਦਾ ਆ ਜਾਂਦਾ ਤੇ ਤੁਹਾਡੀ ਸੀਟ ਦੀ ਕੁਆਲਿਟੀ ਨਹੀਂ ਰਹੂਗੀ ਹੂੰ ਬਾਕੀ ਜਿਹੜਾ ਦੂਸਰਾ ਰਾਸ਼ਨ ਵਾਲਾ ਹੁੰਦਾ ਕਿਉਂਕਿ ਹਜੇ ਅਸੀਂ ਸੀਟ ਦੀ ਇਨੀਸ਼ੀਅਲ ਸਟੇਜ ਦੇ ਚ ਰਾਸ਼ਨ ਵਾਲਾ ਆਲੂ ਸਾਡੇ ਕੋਲ ਲੱਗੇ ਹੁੰਦਾ ਰਾਸ਼ਨ ਵਾਲੇ ਦਾ ਅਸੀਂ ਉਸੇ ਨਾਲ ਬਿਗਰ ਦਿਨਾਂ ਤੇ ਪੱਤਾ ਕੱਟ ਕੇ ਜਾਂ ਜਿੱਦਾਂ ਰੇਟ ਹੋਵੇ ਜਿਹੜੇ ਸਾਬਨਾ ਵੀ 60 ਦਿਨਾਂ ਤੋਂ ਬਾਅਦ ਜਦੋਂ ਮਰਜੀ ਪੱਤਾ ਕੱਟ ਕੇ ਵੇਚਦੀ ਹੈ ਉਹੋ ਜ ਕੋਈ ਦਿੱਕਤ ਨਹੀਂ ਹੈ ਜਿਹੜਾ ਖੇਤਾਂ ਚ ਇੰਨਾ ਤੁਸੀਂ ਬੀਜ ਤਿਆਰ ਕੀਤਾ ਹੋਇਆ ਇਹ ਬੀ ਫਿਰ ਕੌਣ ਖਰੀਦੇਗਾ ਨੂੰ ਕਿੱਥੇ ਜਾ ਕੇ ਤੁਸੀਂ ਸੋਚਿਆ ਹੋਇਆ ਕਿ ਇੰਨਾ ਸੀ ਸੇਲ ਕਰਨਾ ਫਲਾਣੇ ਬੰਦੇ ਨੂੰ ਦੇਣਾ ਹੈਗਾ ਨਹੀਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੀ ਤੁਹਾਡੇ ਕੋਲ ਵਧੀਆ ਬੀਜ ਹੋਣਾ ਚਾਹੀਦਾ ਉਹ ਜਿੱਦਾਂ ਕਹਿੰਦੇ ਤੁਹਾਡੇ ਕੋਲ ਗੋੜ ਹੋਣਾ ਚਾਹੀਦਾ ਮੱਖੀਆਂ ਤਾਂ ਆਪਣੇ ਆਪ ਆ ਜਾਂਦੀਆਂ ਨੇ ਬਹੁਤ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੈਗਾ ਵਾ ਪੰਚ ਕਹਿਆ ਤਾਂ ਮੇਰੇ ਫੇਸਬੁੱਕ ਫਰੈਂਡ ਹੈਗੇ ਆ। ਹਾਂ। ਬਾਕੀ ਘੱਟੋ ਘੱਟ 50 ਕ ਵਟਸਐਪ ਗਰੁੱਪ ਮੇਰੇ ਕੋਲ ਚੱਲਦੇ ਆ। ਹਾਂ। ਜਿਹੜਾ ਜੇ ਕੋਈ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦਾ ਗਰੁੱਪ ਹੋ ਜਿਹਦੇ ਚ ਮੈਂ ਨਹੀਂ ਐਡ ਹੋਊਂਗਾ ਜਿਹੜਾ ਵੀ ਗਰੁੱਪ ਬਣਾਉਂਦਾ ਮੈਨੂੰ ਐਡ ਕਰ ਲੈਂਦਾ। ਬਲਕਿ ਕਈ ਮੇਰੇ ਕਿਸਾਨ ਦੋਸਤਾਂ ਇੱਥੋਂ ਤੱਕ ਕਹਿ ਦਿੰਦੇ ਆ ਵੀ ਇਹ ਤਾਂ ਚਲਦੀ ਫਿਰਦੀ ਯੂਨੀਵਰਸਿਟੀ ਹੈ। ਹਾਂ। ਇਦਾਂ ਦੇ ਕਮੈਂਟ ਆਉਂਦੇ ਆ। ਹਾਂ। ਤੇ ਪੂਨੋ ਚ ਸਾਰਿਆਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਕਰਦੇ ਆ। ਹਾਂ। ਤੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਆਪ ਟ੍ਰੇਨਿੰਗ ਲੈਣੇ ਹੋ ਜਾ ਕੇ ਹੁਣ ਤੁਸੀਂ ਇੰਨਾ ਅੱਛੇ ਖੇਤੀ ਕਰ ਰਹੇ ਹੋ ਬਹੁਤ ਸਾਰਾ ਮੁਨਾਫਾ ਤੁਸੀਂ ਕਮਾ ਰਹੇ ਹੋ ਆਪਣੇ ਖੇਤਾਂ ਚ ਚੰਗਾ ਪੈਸਾ ਆ ਰਿਹਾ 6 1/2 ਏਕੜ ਤੁਹਾਡੇ ਬਾਕੀ ਤੁਸੀਂ ਸਾਰੀ ਜੜੀ ਹੈ ਠੇਕੇ ਤੇ ਜ਼ਮੀਨ ਲਈ ਟੋਟਲ 40 ਏਕੜ ਚ ਖੇਤੀ ਕਰ ਰਹੇ ਹੋ ਇਸ ਵੇਲੇ ਤਾਂ ਮੈਂ ਇਹ ਜਾਨਣਾ ਚਾਹਾਂਗੀ ਕਿ ਜਿਹੜੇ ਬਾਕੀ ਕਿਸਾਨ ਨੇ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਉਹ ਚਾਹੁੰਦੇ ਕਿ ਅਸੀਂ ਵੀ ਚੰਗਾ ਮੁਨਾਫਾ ਕਮਾਈਏ ਥੋੜੀ ਜੀ ਫਸਲ ਤੋਂ ਚੰਗੀ ਜਿਹੜੀ ਰੋਜੀ ਸਾਨੂੰ ਮਿਲ ਜਾਵੇ ਤਾਂ ਕੀ ਤੁਸੀਂ ਉਹਨਾਂ ਨੂੰ ਵੀ ਟ੍ਰੇਨਿੰਗ ਦਿਨੇ ਹੋ ਹਾਂਜੀ ਮੇਰੇ ਕੋ ਇੱਕ ਤਾਂ ਕਮੇਟੀ ਤੋਂ ਏਡੀਓ ਆਉਂਦੇ ਆ ਜਿਹੜੇ ਨਵੀਂ ਏਡੀਓ ਪਾਇੰਟ ਹੁੰਦੇ ਆ ਨਾ ਉਹ ਅਲੱਗ-ਅਲੱਗ ਫਾਰਮਰਜ਼ ਕੋਲ ਜਾਂਦੇ ਆ ਵੀ ਇਹ ਫਾਰਮਰ ਕੋ ਜਾ ਕੇ ਦੇਖੋ ਤੁਸੀਂ ਖੇਤਾਂ 'ਚ ਜਾਓ ਉਹਨਾਂ ਨੂੰ ਇੱਕ ਟ੍ਰੇਨਿੰਗ ਹੁੰਦੀ ਹੈ ਇੱਕ ਦਿਨ ਦੀ ਉਹ ਮੇਰੇ ਕੋ ਵੀ ਹੁੰਦੇ ਆ ਜੀ 2-3 ਉਹਨਾਂ ਦੇ ਬੈਚ ਆਏ ਨੇ ਮੇਰੇ ਕੋਲ ਕਮੇਟੀ 'ਚ ਤੇ ਉਹ ਤੋਂ ਬਿਨਾਂ ਅਸੀਂ ਆਲੂਆਂ ਦੇ ਫਾਰਮ ਸਕੂਲ ਚਲਾ ਰਹੇ ਹਾਂ ਹੁਣ ਉਹਦੇ ਵੀ ਟ੍ਰੇਨਿੰਗ ਵਾਸਤੇ ਹੁੰਦੇ ਆ ਤੇ ਉਦਾਂ ਵੀ ਮੈਂ ਕਹਿੰਦਾ ਵੀ ਮੇਰਾ ਫੋਨ ਫੜ ਲਓ ਵੀ ਤੁਸੀਂ ਤੁਹਾਨੂੰ ਇੰਨਾ ਪਤਾ ਲੱਗ ਜੂ ਵੀ ਕਿੰਨੇ ਕ ਫੋਨ ਹੁੰਦੇ ਆ ਜੀਵਨਾਰਾਂ ਦੇ ਮਸੀਂ ਗੱਲੇ ਛੱਡੋ ਤੇ ਇਹ ਸੇਵਾ ਹੀ ਇੱਕ ਪਰਮਾਤਮਾ ਨੇ ਲਈ ਹੀ ਪਰ ਇੱਕ ਸਾਡੇ ਚ ਨੁਕਸਾ ਜੀ ਜਿੱਦਾਂ ਬਾਬਾ ਨਾਨਕ ਸਾਡਾ ਨੂੰ ਸਿੱਖ ਰੱਖ ਕੇ ਗਈ ਸਿੱਖਦੇ ਨਹੀਂ ਹੈਗੇ ਅਸੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਜਦ ਕਿ ਸਾਨੂੰ ਸਿੱਖਣਾ ਚਾਹੀਦਾ ਸਾਨੂੰ ਕੋਈ ਇੱਕ ਵਾਰ ਤੁਹਾਨੂੰ ਗੱਲ ਦੱਸਦਾ ਸੀ ਟ੍ਰੇਨਿੰਗ ਲਾਉਣ ਚੱਲੇ ਗਏ ਜਲੰਧਰ ਤੇ ਮੈਂ ਫੋਟੋ ਕਲਿੱਕ ਕਰਤੀ WhatsApp ਤੇ ਵੀ ਅਸੀਂ ਟ੍ਰੇਨਿੰਗ ਲਾਉਣ ਜਿਉਂ ਇੱਕ ਬਹੁਤ ਵਧੀਆ ਸੀਡ ਗਰੋ ਰਹਾ ਤੇ ਉਹ ਉਹ ਤਾਂ ਵਧੀਆ ਆਪਣੀ ਕੰਪਨੀ ਚੱਲ ਰਹੀ ਹੈ ਉਹ ਬੰਦੇ ਤਾਂ ਮੈਨੂੰ ਕਮੈਂਟ ਆ ਗਿਆ ਤੁਹਾਨੂੰ ਵੀ ਸਿੱਖਣ ਦੀ ਲੋੜ ਹੈ ਉਹ ਮੈਂ ਕਿਹਾ ਵੀ ਬੰਦਾ ਸੰਤ ਮਸ਼ਕੀਨ ਜੀ ਕਹਿੰਦੇ ਹੁੰਦੇ ਆ ਕਹਿੰਦੇ ਬੰਦਾ ਬੁੱਢਾ ਕਦੋਂ ਹੁੰਦਾ ਜਦੋਂ ਉਹਦੇ ਸਿੱਖਣ ਦੀ ਚਾਹਨਾ ਮੁੱਕ ਜਾਂਦੀ ਆ ਉਹ ਬੁੱਢਾ ਹੋ ਗਿਆ ਨਹੀਂ ਤਾਂ ਜਦ ਸਿੱਖਦਾ ਰਹਿੰਦਾ ਬੰਦਾ ਬੰਦਾ ਐਕਟਿਵ ਰਹਿੰਦਾ ਬਿਲਕੁਲ ਸਾਨੂੰ ਹਰ ਵਕਤ ਸਿੱਖਦੇ ਹੀ ਰਹਿਣਾ ਚਾਹੀਦਾ ਬਿਲਕੁਲ ਜੀ ਉਹੀ ਬੰਦਾ ਜਿਹੜਾ ਕੁਛ ਨਾ ਕੁਛ ਸਿੱਖਦਾ ਰਹਿੰਦਾ ਕਾਮਯਾਬ ਉਹੀ ਹੁੰਦਾ ਹੈ ਅੱਛਾ ਹੁਣ ਅਸੀਂ ਗੱਲ ਕਰਦੇ ਤੁਹਾਡੇ ਖੇਤਾਂ ਦੇ ਵਿੱਚ ਇਸ ਲਈ ਰਾਸ਼ਨ ਦੇ ਲਈ ਜਿਹੜਾ ਤੁਸੀਂ ਆਲੂ ਵੇਚਣਾ ਹੈਗਾ ਆਲੂ ਆਲੂ ਦੀ ਕਿੰਨੀ ਖੇਤੀ ਕਰ ਰਹੇ ਹੋ ਬੀਜ ਤੋਂ ਇਲਾਵਾ ਇਸ ਵਾਰ ਆਲੂ ਮੇਰੇ ਕੋਲ ਬੀਜ ਤੋਂ ਇਲਾਵਾ 12 ਏਕੜ ਆਲੂ ਲੱਗਿਆ ਰਾਸ਼ਨ ਵਾਲਾ ਤੇ 3 ਏਕੜ ਮੇਰੇ ਕੋਲ ਬੀਜੜਾ ਲੱਗਿਆ ਹੈ ਜਿਦੇ ਚ 1 ਏਕੜ ਟਿਊਬਰ ਦਾ ਲੱਗਿਆ ਮੀਨੀ ਟਿਊਬਰ 1 ਏਕੜ ਮੇਰੇ ਕੋਲ ਜ਼ੀਵਨ ਲੱਗਿਆ ਹੈ ਤੇ 1 ਏਕੜ ਮੇਰੇ ਕੋ ਲੱਗਿਆ ਹੋਇਆ ਜਿਹੜਾ ਆਪਣਾ ਸਰਟੀਫਾਈਡ ਤੋਂ ਅਸੀਂ ਅੱਗੇ ਬੀਜ ਤਿਆਰ ਕਰਦੇ ਹਾਂ ਮੰਦੇਓ ਕਿ ਸਰਕਾਰ ਨੂੰ ਕੁਛ ਰੇਟ ਤੈਅ ਕਰਨੇ ਚਾਹੀਦੇ ਆ ਾਲੂ ਦੀ ਖੇਤੀ ਦੇ ਕਿ ਇੰਨਾ ਕੁ ਜਿਹੜਾ ਭਾਅ ਆ ਕਿਸਾਨਾਂ ਨੂੰ ਮਿਲੇ ਕਿਉਂਕਿ ਇੰਨੀ ਮਿਹਨਤ ਕਰਨੀ ਪੈਂਦੀ ਆ ਪਾਣੀ ਦਾ ਖਿਆਲ ਰੱਖਣਾ ਪੈਂਦਾ ਬਰਸਾਤ ਦਾ ਧਿਆਨ ਰੱਖਣਾ ਪੈਂਦਾ ਔਰ ਤੇਲਾ ਨਾ ਪੈ ਜੇ ਇਥੇ ਫਸਲ ਤੇ ਕੋਈ ਵਾਇਰਸ ਨਾ ਫਸਲ ਤੇ ਆ ਜੇ ਹਰ ਇੱਕ ਚੀਜ਼ ਬੱਚਾ ਵਾਂਗੂ ਤੁਸੀਂ ਇੱਕ ਫਸਲ ਨੂੰ ਪਾਲਦੇ ਹੋ ਪਰ ਜਦੋਂ ਉਹਨੂੰ ਵੇਚਣ ਦਾ ਸਮਾਂ ਆਉਂਦਾ ਕਿ ਅਸੀਂ ਇਹਨੂੰ ਪੁੱਤਾਂ ਵਾਂਗ ਪਾਲ ਲਿਆ ਹੁਣ ਸਮਾਂ ਆ ਗਿਆ ਕਿ ਤੂੰ ਮੁਨਾਫਾ ਲਈ ਆ ਕੇ ਹਨਾ ਤਾਂ ਉਦੋਂ ਕੀ ਹੁੰਦਾ ਤੁਹਾਨੂੰ ਉਹ ਮੁਨਾਫਾ ਮਿਲਦਾ ਨਹੀਂ ਹੈ ਸਰਕਾਰ ਨਾਲ ਗਿਲੇ ਰੋਸੇ ਹੈਗੇ ਤੁਹਾਡੇ ਹਾਂਜੀ ਅਸਲ 'ਚ ਸਰਕਾਰ ਦੇ ਜਿਹੜੇ ਪਾਲਿਸੀ ਮੇਕਰ ਨੇ ਨਾ ਉਹਨਾਂ ਨੂੰ ਗਰਾਊਂਡ ਰਿਐਲਿਟੀ ਪਤਾ ਹੀ ਨਹੀਂ ਹਾਂ ਏਸੀ 'ਚ ਬਹਿ ਕੇ ਪਾਲਿਸੀਆਂ ਬਣਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਆਲੂ ਦਾ ਸਰਕਾਰ ਚਾਇ ਕੁਛ ਨਾ ਕਰੇ ਇੱਕ ਕੰਮ ਕਰ ਦਵੇ ਆਲੂ ਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਦੇ ਦੇ ਆਲੂ ਨੂੰ ਸਰਕਾਰ ਐਕਸਪੋਰਟ ਕਰਨ ਦੀ ਇਜਾਜ਼ਤ ਕਦੋਂ ਦਿੰਦੀ ਆ ਜੁਲਾਈ 'ਚ ਜਾ ਕੇ ਜਦੋਂ ਸਾਡੀ ਬਰਸਾਤ ਦਾ ਪਤਾ ਲੱਗ ਜਾਂਦਾ ਵੀ ਬਰਸਾਤ ਜਿਆਦਾ ਹੋਣੀ ਹੈ ਜਾਂ ਘੱਟ ਹੋਣੀ ਹੈ ਉਦੋਂ ਉਦੋਂ ਸਾਡਾ ਆਲੂ ਐਕਸਪੋਰਟ ਦੇ ਲੈ ਕੇ ਨਹੀਂ ਹੁੰਦਾ ਅਸਲ ਚਾਲੂ ਜੇ ਐਕਸਪੋਰਟ ਹੋਣਾ ਤਾਂ ਇਹ ਤੁਹਾਡਾ ਫਰਵਰੀ ਮਾਰਚ ਦੇ ਵਿੱਚ ਹੋਊਗਾ ਉਦੋਂ ਐਕਸਪੋਰਟ ਦੇ ਲੈਕ ਹੁੰਦਾ ਉਦੋਂ ਸਰਕਾਰ ਰੋਕ ਲਾ ਦਿੰਦੀ ਹੈ ਹਮਮ ਕਾਰਨ ਕੀ ਵੀ ਜੇ ਬਰਸਾਤ ਨਾ ਹੋਈ ਤਾਂ ਖਾਣ ਵਾਸਤੇ ਆਲੂ ਰਹਿ ਜਾਊਗਾ ਹਮਮ ਬਿਲਕੁਲ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਖੇਤੀ ਆ ਜਿਆਦਾ ਬਰਸਾਤ ਤੇ ਆਧਾਰਤ ਆ ਹਮਮ ਇਹ ਤਾਂ ਜਿਹੜੀ ਆਪਣੇ ਸਿੰਚਾਈ ਹੈਗੀ ਪੰਜਾਬ ਪੰਜਾਬ ਦੇ ਵਿੱਚ ਆ ਹਮਮ ਕਿਉਂਕਿ ਮੈਂ ਕੰਨਿਆਂ ਘਵਰੀ ਤੱਕ ਜਾ ਕੇ ਦੇਖ ਕੇ ਆ ਹਮਮ ਮਾ ਕੇ ਕਿਤੇ ਕੁਝ ਨਹੀਂ ਹੁੰਦਾ ਇਹ ਫੁਹਾਹਾਂ ਨੇ ਇਉਂ ਹੀ ਫਲਾਣੇ ਤੋਂ ਚੌੜ ਹੁੰਦਾ ਜੇ ਇੱਕ ਮੀਂਹ ਪੈ ਜਵੇ ਜਾਂ ਇੱਕ ਸੋਕਾ ਲੱਗ ਜਵੇ ਪੰਜਾਬ ਤੋਂ ਬਿਨਾਂ ਕਿਤੇ ਕੁਝ ਨਹੀਂ ਹੁੰਦਾ ਹਾਂ ਫਿਰ ਆਲੂ ਨੂੰ ਸੇਫ ਫੂਡ ਜਾਂ ਰਿਜ਼ਰਵ ਫੂਡ ਮੰਨ ਕੇ ਸਰਕਾਰ ਰੱਖਦੀ ਹੈ ਜੋ ਉਹੀ ਨਾ ਸਰਕਾਰ ਰੱਖੇ ਬਸ ਅਯਾਸ਼ ਤੇ ਦੇ ਦੇ ਵੀ ਇਹ ਐਕਸਪੋਰਟ ਕਰ ਲਓ ਆਪਣੇ ਗਵਾਂਢੀ ਮੁਲਖ ਪਾਕਿਸਤਾਨ ਚ 20 ਰੁਪਏ ਕਿਲੋ ਆਲੂ ਜਿੰਨਾ ਮਰਜ਼ੀ ਵੇਚ ਲਓ ਤੁਸੀਂ ਹਾਂ ਆਪਾਂ ਨੂੰ ਸਾਰਾ ਅਮਰਸਰ ਤੋਂ 25-30 ਕਿਲੋਮੀਟਰ ਲਾਹੌਰ ਹਾਂ ਕਾਲੀ ਪਾਲਸੀ ਨਹੀਂ ਹੈਗੀ ਪਰ ਇਹ ਹਾਂ ਬਿਲਕੁਲ ਔਰ ਬਾਕੀ ਫਸਲੇ ਮੰਡੀ ਕਰਨਾ ਤੇ ਤੇ ਨਹੀਂ ਹੈ ਜੀ 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 ਇਹ ਤੇ ਮੰਡੀ ਕਰਨ ਤਾਂ ਹੈ ਉਹ ਨਹੀਂ ਇਹ ਤਾਂ ਸ਼ਬਦ ਹੀ ਹੋ ਵੀ ਨਹੀਂ ਸਕਦਾ ਜੀ ਇੱਥੇ ਇੰਨਾ ਸਰਕਾਰ ਜਿੰਨੀ ਖਰੀਦ ਨਹੀਂ ਸਕਦੀ ਜਾਂ ਤਾਂ ਸਰਕਾਰ ਆਪਣੇ ਜਿਹੜਾ ਸਾਡਾ ਜਿੱਦਾਂ ਪੰਜਾਬ ਸਰਕਾਰ ਆ ਇਹ ਕੋਈ ਪੰਜਾਬ ਐਗਰੋ ਜਾਂ ਮਾਰਕਫੈਡ ਇਹ ਜਿੰਨਾ ਮਰਜ਼ੀ ਐਕਸਪੋਰਟ ਕਰ ਲਵੋ ਆਲੂ ਹਾਂ শ্রীলੰਕਾ ਨੂੰ ਜਿੰਨਾ ਮਰਜ਼ੀ ਆਲੂ ਭੇਜ ਲਓ ਬੰਗਲਾਦੇਸ਼ ਨੂੰ ਜਿੰਨਾ ਮਰਜ਼ੀ ਆਲੂ ਭੇਜ ਲਓ ਹਾਂ ਜਿੰਨਾ ਮਰਜ਼ੀ ਯੂਰਪ ਨੂੰ ਆਲੂ ਭੇਜ ਲਓ ਹਾਂ ਅਵਿਨਾ ਆਪਣੀ ਕੋਈ ਏਜੰਸੀ ਨੂੰ ਐਕਸਪੋਰਟ ਕਰਾਵੇ ਜ਼ਿੰਮੇਦਾਰਾਂ ਚੁਣੇ ਵੀ ਤੁਸੀਂ ਆ ਰੱਖਣੀਆਂ ਆ ਸਪ੍ਰੇਆਂ ਕਰਨੀਆਂ ਆ ਖਾਦ ਪਾਉਣੀਆਂ ਇੰਨੀ ਖਾਦ ਪਾਉਣੀਆਂ ਇੰਨੀ ਸਪਰੇਅ ਕਰਨੇ ਤੁਹਾਡਾ ਐਸ ਰੇਟ ਆਲੂ ਉੱਤੇ ਭੇਜਿਆ ਜਾਊਗਾ ਹਮ ਨੋਡਲ ਏਜੰਸੀ ਕਿਸੇ ਨੂੰ ਬਣਾਵੇ ਸਰਕਾਰ ਪੰਜਾਬ ਸਰਕਾਰ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕੋਈ ਸਰਕਾਰ ਨੂੰ ਪੈਸਾ ਖਰਚਣ ਦੀ ਲੋੜ ਨਹੀਂ ਹੈਗੀ ਹਮ ਨੋਡਲ ਏਜੰਸੀ ਬਣਾ ਕੇ ਸਰਕਾਰ ਆਪਣਾ ਕੰਮ ਕਰ ਸਕਦੇ ਪਰ ਉਹ ਸਰਕਾਰਾਂ ਦੇ ਤਾਂ ਕੰਮ ਜੀ ਬਸ ਹੁਣ ਕੀ ਕਹੀਏ ਲੁੱਟਣ ਤੇ ਕੰਮ ਹੋਇਆ ਨੇ ਹੋਰ ਕੀ ਅਸੀਂ ਗੱਲ ਕਰੀਏ ਤਾਂ ਜਿਸ ਤਰੀਕੇ ਹੁਣ ਕਾਲਾ ਆਲੂ ਵੀਜਾ ਹੋਇਆ ਤੇ ਪਰਪਲ ਆਲੂ ਆਮ ਤੌਰ ਤੇ ਸਾਰੇ ਪੰਜਾਬ ਦੇ ਜ਼ਿਆਦਾਤਰ ਲੋਕ ਚਟਾ ਲਾਲ ਆਲੂ ਤਾਂ ਡਾਇਮੰਡ ਆਲੂ ਦੀ ਵਰਤੋਂ ਕਰਦੇ ਆ ਹੁਣ ਜਿਹੜਾ ਕਾਲਾ ਆਲੂ ਆ ਇਹ ਕਿੱਧਰਲੇ ਪਾਸੇ ਜ਼ਿਆਦਾ ਲੋਕ ਖਰੀਦਦੇ ਆ ਇਹਦੀ ਜ਼ਿਆਦੀ ਵਰਤੋਂ ਕਿੱਥੇ ਹੁੰਦੀ ਹੈ ਇਹ ਅਫਰੀਕਾ ਦੀ ਦੱਸਦੇ ਆ ਹੈਗੀ ਆ ਆਪਣੀ ਵੈਰੈਟੀ ਪਰਪਲ ਕਾਂਗੋ ਦੇਖੋ ਇਸ ਕੋਈ ਦਾ ਵਿਸ਼ਾ ਵੀ ਇੱਚ ਕੀ ਆ ਕੀ ਨਹੀਂ ਪਰ ਸੁਣਨ ਚ ਇਹ ਆਇਆ ਜਿਹੜੇ ਬੰਦੇ ਪਹਿਲਾਂ ਖੇਤੀ ਕਰਦੇ ਉਹ ਦੱਸਦੇ ਆ ਵੀ ਜਿੱਥੇ ਇਹਦੀ ਖਪਤ ਹੈਗੀ ਆ ਜਿੱਥੇ ਪੈਦਾ ਹੁੰਦਾ ਅਫਰੀਕਾ 'ਚ ਉਥੇ ਐਵਰੇਜ ਉਮਰ 100 ਸਾਲ ਆ ਲੋਕਾਂ ਦੀ ਪਤਾ ਨਹੀਂ ਹੁੰਦਾ ਕੋਈ ਕਾਰਨ ਹੋ ਹੋ ਨਹੀਂ ਇਹ ਆਲੂ ਖਾਣ ਨਾਲ ਹੁੰਦੀ ਹੁਣ ਇਹ ਮੈਂ ਨਹੀਂ ਕਹਿੰਦਾ ਹੈਗਾ ਮੇਰਾ ਦਾਵਾ ਨਹੀਂ ਹੈਗਾ ਪਰ ਉਹ ਦੱਸ ਰਿਹਾ ਵੀ ਉਥੇ ਐਵਰੇਜ ਉਮਰ ਬਹੁਤ ਜ਼ਿਆਦਾ ਆ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਹੈ ਜਿਹੜੇ ਕਾਲਾ ਆਲੂ ਆ ਹੂੰ ਪਰਪਲ ਦੇ ਵਿੱਚ ਤਾਂ ਆਪਣੀ ਸੀਪੀਆਰ ਆਈ ਉਹ ਕਹਿੰਦੀ ਹੈ ਵੀ ਖਾਣੇ ਦੀ ਫੂਡ ਵੈਲਿਊ ਬਹੁਤ ਜ਼ਿਆਦਾ ਹੈ ਤੇ ਹੁਣ ਤੁਸੀਂ ਬੀਜ ਤਿਆਰ ਕਰ ਰਹੇ ਹੋ ਕਾਲੇ ਆਲੂ ਦਾ ਫਿਰ ਇਹ ਕਿੱਧਰ ਜਾਏਗਾ ਇਹ ਤਾਂ ਥੋੜਾ ਜਿਹਾ ਤਾਂ ਆਪਣੇ ਘਰ ਖਾਣ ਵਾਸਤੇ ਜਾਂ ਮਿੱਤਰ ਦੋਸਤ ਲੈ ਗਏ ਕੋਈ ਹੋਰ ਆ ਗਿਆ ਠੀਕ ਅਸੀਂ ਦੇਖ ਰਹੇ ਸੀ ਕਿ ਤੁਹਾਡੇ ਖੇਤਾਂ ਚ ਗਾਜਰ ਆਮ ਤੌਰ ਤੇ ਗਾਜਰ orange ਜਿਹੇ ਕਲਰ ਦੀ ਹੁੰਦੀ ਹੈ ਹਨ ਤੇ ਤੁਸੀਂ ਇਸ ਵੇਲੇ ਕਾਲੀਆਂ ਗਾਜਰਾਂ ਵੀ ਆ ਟ੍ਰਾਈ ਕਰ ਰਹੇ ਹੋ ਕਿ ਪਹਿਲੀ ਵਾਰ ਹੈ ਕਿ ਦੇਖਦੇ ਆ ਕਿ ਇਹ ਜਿਹੜਾ ਗਾਜਰ ਕਿੰਨਾ ਕੁ ਮੁਨਾਫਤ ਹੁੰਦੀ ਹੈ ਇਹ ਫਿਰ ਗਾਜਰ ਦਾ ਕਲਰ ਬਿਲਕੁਲ ਬਲੈਕ ਦੇਖਿਆ ਸੀ ਹਨ ਪਹਿਲੀ ਵਾਰ ਦੇਖੀ ਕਾਲੀ ਗਾਜਰ ਤਾਂ ਫਿਰ ਇਹਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਔਰ ਕਿੰਨੀ ਖੇਤੀ ਜਿੱਥੇ ਤੁਹਾਨੂੰ ਇੱਥੋਂ ਲੱਗਦਾ ਕਿ ਪਹਿਲੀ ਵਾਰ ਟ੍ਰਾਇਲ ਕੀਤਾ ਕੁਝ ਵਟਾਂ ਤੇ ਜੇ ਸਫਲ ਹੋਏ ਹੋ ਤਾਂ ਫਿਰ ਅੱਗੇ ਕੁਝ ਵਧਾਉਗੇ ਬਿਜ਼ਨਸ ਦਾ ਵੀ ਅਣੀ ਅਸੀਂ ਤਾਂ ਕਾਫੀ ਚਿਤੋਂ ਕਰ ਰਹੇ ਆ ਤਿੰਨ ਚਾਰ ਸਾਲਾਂ ਤੋਂ ਦਾ ਸੀਡ ਵੀ ਆਪ ਤਿਆਰ ਕਰਕੇ ਬਹੁਤ ਲੋਕਾਂ ਨੂੰ ਦਿੱਤਾ ਵੀ ਲੈ ਜਾਓ ਭਾਈ ਘਰ ਵੀ ਜੋ ਘਰੇ ਖਾਣ ਵਾਸਤੇ ਵਧੀਆ ਚੀਜ਼ ਹੈ ਇਹ ਬਹੁਤ ਵਧੀਆ ਚੀਜ਼ ਦੱਸ ਰਹੇ ਨੇ ਇਹਨੂੰ ਇਹਦੇ ਵਿੱਚ ਵੀ ਐਂਟੀਆਕਸੀਡੈਂਟ ਜਿਆਦਾ ਦੱਸਦੇ ਨੇ ਤੇ ਆਮ ਤੌਰ ਤੇ ਇਹ ਦਾ ਜਿਆਦਾ ਆਪਣਾ ਜੂਸ ਤਾ ਜਾਂ ਸੈਲਡ ਦੇ ਵਿੱਚ ਵਰਤੀ ਜਾਂਦੀ ਆ ਪਰ ਹੁਸ਼ਿਆਰਪੁਰ ਵਾਲੇ ਫੈਪਰ ਵਾਲੇ ਦੀ ਕਾਂਜੀ ਤਿਆਰ ਕਰਦੇ ਆ ਉੱਥੇ ਕਾਫੀ ਹੁੰਦੀ ਆ ਖਫਤ ਉਸ ਤੋਂ ਉਹਨਾਂ ਦੀ ਪਰ ਉਹ ਆਪਣੇ ਜ਼ਿੰਮੇਵਾਰਾਂ ਤੋਂ ਹੀ ਖਰੀਦਦੇ ਆ ਬਾਹਰੋਂ ਨਹੀਂ ਖਰੀਦਦੇ ਉਹ ਕਾਂਜੀ ਤਿਆਰ ਕਰਦੇ ਉਹ ਵੀ ਕਾਫੀ ਵੇਚਦੇ ਆਉਂਦੇ ਆ ਜੀ ਹਾਂ ਬਿਲਕੁਲ ਜੀ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਕਿਸਾਨ ਛੇਤੀ ਢੈ ਢੇਰੀ ਹੋ ਜਾਂਦੇ ਨੇ ਬਹੁਤ ਸਾਰਾ ਕਰਜ਼ਾ ਚੱਕਦੇ ਨੇ ਕਰਜ਼ਾ ਤੁਹਾਡੇ ਸਿਰ ਤੇ ਪਹਿਲਾਂ ਸੀ ਨਹੀਂ ਜੀ ਨਹੀਂ ਕੋਈ ਕਰਜ਼ਾ ਨਹੀਂ ਸੀ ਹਾਂ ਬਿਲਕੁਲ ਜਿਹੜੇ ਕਰਜ਼ਾ ਚੱਕਦੇ ਨੇ ਕਿ ਹਾਂ ਜੀ ਅਸੀਂ ਆਹ ਫਸਲ ਲੈ ਲਈਏ ਆ ਬਿਨਾ ਕਰਜ਼ੇ ਤੋਂ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ ਦੀ ਕਰਜ਼ੇ ਦੀ ਜਿਹੜੀ ਗੱਲਾਂ ਨੇ ਕਰਜ਼ਾ ਜੇ ਤੁਸੀਂ ਲੈ ਲਿਆ ਮੰਨ ਲਓ ਸਾਈਕਲ ਵਾਸਤੇ ਕਰਜ਼ਾ ਲਿਆ ਉਹਨੂੰ ਸਾਈਕਲ ਤੇ ਹੀ ਯੂਜ਼ ਕਰੋ ਟਰੈਕਟਰ ਵਾਸਤੇ ਕਰਜ਼ਾ ਲੈ ਲਿਆ ਟਰੈਕਟਰ ਸਾਨੂੰ ਚਾਹੀਦਾ ਹੀ ਹੈ ਕਰਜ਼ਾ ਲੈਣਾ ਹੀ ਪੈਣਾ 10-10 ਲੱਖ ਦੇ ਟਰੈਕਟਰ ਨੇ ਕੋਈ ਇਦਾਂ ਜੀਮਦਾਰ ਕਿਵੇਂ ਲੈ ਲੂਗਾ ਪਰ ਜੇ ਹੁਣ ਟਰੈਕਟਰ ਲੈ ਲਿਆ ਤੇ ਮੁੜ ਕੇ ਕੋਈ دیਵਾਨਾ ਤੇ ਭਜਾਈ ਫਿਰਦਾ ਕੋਈ ਟੋਚਨ ਪਾਉਂਦਾ ਕੋਈ ਕੁਛ ਕਰਦਾ ਜੇ ਇਹ ਕੰਮ ਕਰਾਂਗੇ ਫਿਰ ਫੇਲ ਹੀ ਹੋਵਾਂਗੇ ਹਾਂ ਬਾਕੀ ਇਹ ਨਹੀਂ ਹੈਗਾ ਵੀ ਤੁਸੀਂ ਇੰਨੀ ਖੇਤੀ ਕਰਦੇ ਹੋ ਵੀ ਨਵਾਂ ਹੀ ਟਰੈਕਟਰ ਲੈਣਾ ਮੇਰੇ ਕੋਲ ਖੁਦ 40 ਕਿੱਲੇ ਦੀ ਖੇਤੀ ਹੈ ਮੇਰੇ ਕੋਲ 6 ਲੱਖ ਦੇ ਟਰੈਕਟਰ ਨੇ ਸੈਕੰਡ ਹੈਂਡ ਲੈਣੇ 4 ਲੱਖ ਦਾ ਲਿਆ 2 ਲੱਖ ਦਾ ਲਿਆ ਹਮ ਮੈਂ ਇਹ ਜੀਮਦਾਰਾਂ ਨੂੰ ਵੀ ਜਾਣਦਾ ਜਿਹੜੇ 40 40 ਕਿੱਲਾਂ ਦੀ ਖੇਤੀ ਕਰਦੇ ਨੇ ਤੇ ਉਹਨਾਂ ਨੂੰ 30 30 ਲੱਖ ਦੇ ਟਰੈਕਟਰ ਨੇ ਹਮ ਜੀਮਦਾਰ ਨੂੰ ਟਰੈਕਟਰ ਉਹਨਾਂ ਕੇ ਵਰਤਣਾ ਚਾਹੀਦਾ ਜਿੰਨਾ ਉਹਦਾ ਖੇਤੀ ਹੈਗੀ ਆ ਹਮ ਤੇ ਜ਼ਰੂਰੀ ਨਹੀਂ ਵੀ ਤੁਸੀਂ ਨਵਾਂ ਟਰੈਕਟਰ ਲੈ ਕੇ ਖੇਤੀ ਕਰਨੀ ਹਮ ਹਮ ਇੱਕ ਬਹੁਤ ਵੱਡੀ ਤਰਾਸ਼ ਦੀ ਆ ਵੀ ਨਵਾਂ ਹੀ ਟਰੈਕਟਰ ਲੈਣਾ ਸੀ ਜੋਂਡੀਅਰੇ ਲੈਣਾ ਸੀ ਅਰਜਣੇ ਲੈਣਾ ਇਹ ਜਿੰਦਾਂ ਨੂੰ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦੇ ਮੇਰੇ ਸਮਝ ਵਿੱਚ ਫਾਲਤੂ ਖਰਚੇ ਨੇ ਐ ਲੱਗਦਾ ਕਿ ਜਿਹੜੇ ਸਾਡੇ ਕਿਸਾਨ ਨੇ ਬਹੁਤੇ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਗਏ ਨੇ ਹਨਾ ਉਹਨਾਂ ਲੱਗਦਾ ਕਿ ਅਸੀਂ ਜੱਟਾਂ ਅਸੀਂ ਖੇਤੀ ਕਰਦੇ ਹਾਂ ਤੇ ਅਸੀਂ ਖੇਤੀ ਕਰਨੀ ਹੈ ਤਾਂ ਉਹਨਾਂ ਨੇ ਇਹਦਾ ਕਿ ਸਾਡੇ ਕੋਲ ਜਿਹੜੇ ਵੱਡੇ ਵੱਡੇ ਮਹਿੰਗੇ ਮਹਿੰਗੇ ਟਰੈਕਟਰ ਹੋਣ ਤਾਂ ਸ਼ਾਇਦ ਉਹਨਾਂ ਬੱਚਿਆਂ ਦੇ ਕਰਕੇ ਵੀ ਮਾਪੇ ਕੱਜ ਥੱਲੇ ਆ ਜਾਂਦੇ ਨੇ ਬਿਲਕੁਲ ਇਹ ਵੀ ਹੋ ਸਕਦਾ ਜੀ ਹੁਣ ਸਾਡਾ ਹੀ ਬੇਟਾ ਬੀਐਸਸੀ ਐਗਰੀਕਲਚਰ ਕਰ ਰਿਹਾ ਤੇ ਟਰੈਕਟਰ ਸਾਡੇ ਕੋ ਖੁਦ ਤੁਹਾਨੂੰ ਦੱਸਦੇ ਆ ਵੀ 1-4 ਲੱਖ ਦਾ 1-2 ਲੱਖ ਦਾ 6 ਲੱਖ ਦੇ ਟਰੈਕਟਰ ਜਦ ਕਿ ਜੀ ਵੀ ਸਾਡੇ ਕੋ ਆਲੂਆਂ ਦੀ ਖੇਤੀ ਕਰਕੇ ਨੇ ਜਾਂ ਸਾਡੇ ਕੋ ਸੀਡ ਪ੍ਰੋਡਕਸ਼ਨ ਆ ਉਹਦੇ ਕਰਕੇ ਨੇ ਨਹੀਂ ਤਾਂ ਅਸੀਂ ਇੱਕ ਟਰੈਕਟਰ ਨਾਲ ਸਰ ਜਾਂਦਾ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਚਾਚੇ ਦਾ ਇਹ ਸਾਡੇ ਕੋ 100 ਸਵਾ 100 ਏਕੜ ਦੀ ਖੇਤੀ ਸੀ ਇੱਕ ਟਰੈਕਟਰ ਸੀ ਸਿਰਫ ਉਹਦੇ ਨਾਲੇ ਖੇਤੀ ਹੋਈ ਜਾਂਦੀ ਪਰ ਉਦੋਂ ਫਸਲਾਂ ਹੁੰਦੀਆਂ ਸੀ ਮੂਫਲੀ ਸੀ ਜਾਂ ਮੱਕੀ ਸੀ ਅੱਧੇ ਪਿੰਡ ਤਾਂ ਖਾਲੀ ਉਹ ਪਿਆ ਰਹਿੰਦਾ ਸੀ ਕਿਉਂਕਿ ਉੱਥੇ ਫਸਲਾਂ ਨਹੀਂ ਸੀ ਹੁੰਦੀ ਉੱਥੇ ਸਿੰਚਾਈ ਦੇ ਸਾਧਨ ਨਹੀਂ ਸੀ ਸਫਲ ਕਿਸਾਨ ਬੰਨਾ ਹੋਵੇ ਕਿਵੇਂ ਬਣਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਕੋਈ ਵੀ ਕੰਮ ਕਰਨਾ ਕੋਈ ਵੀ ਉਹਦੀ ਟ੍ਰੇਨਿੰਗ ਜ਼ਰੂਰੀ ਹੈ ਤੁਹਾਡਾ ਖੇਤੀਬਾੜੀ ਵਿਭਾਗਮ ਤੇ ਤੁਹਾਡਾ ਕੇਵੀ ਕੇ ਜਾਂ ਯੂਨੀਵਰਸਿਟੀ ਜੋ ਵੀ ਤੁਹਾਨੂੰ ਨੇੜੇ ਆ ਉਹਨਾਂ ਨਾਲ رابطہ ਕਰੋ ਜੀ ਤੇ ਉਹ ਜੋ ਗੱਲਾਂ ਕਹਿੰਦੇ ਨੇ ਉਹਨਾਂ ਦਾ ਧਿਆਨ ਦਿਓ ਇਹ ਨਹੀਂ ਹੈਗਾ ਵੀ ਉਹ ਉਹਨਾਂ ਨੂੰ ਕੀ ਪਤਾ ਜੀ ਕਈ ਵਾਰ ਅਸੀਂ ਯੂਨੀਵਰਸਿਟੀ ਜਾਂਦੇ ਹਾਂ ਉੱਥੇ ਉਹਦੇ ਟ੍ਰਾਇਲ ਲੱਗੇ ਹੁੰਦੇ ਨੇ ਉਹ ਟ੍ਰਾਇਲ ਦੇਖ ਕੇ ਕਈ ਕਿਸਾਨ ਕਹਿੰਦੇ ਇਹਨਾਂ ਨੂੰ ਕੀ ਪਤਾ ਜੀ ਇਹਨਾਂ ਦੀ ਤਾਂ ਕਣਕਾਂ ਮਾੜੀ ਜੀ ਖੜੀ ਆ ਉਹ ਪ੍ਰਭੂ ਉਹ ਟ੍ਰਾਇਲ ਨੇ ਉਹਨਾਂ ਨੇ ਉਸੇ ਦਵਾਈ ਛਿੜਕਣੀਆਂ ਕਿੰਨੀ ਪਾਉਣੀਆਂ ਖਾਦ ਵੱਧ ਵੀ ਪਾਉਣੀਆਂ ਘੱਟ ਵੀ ਪਾਉਣੀਆਂ ਸਾਰਾ ਕੁਝ ਹੁੰਦਾ ਅੰਡਰ ਟ੍ਰਾਇਲ ਆ ਸਿਸਟਮ ਸਾਰਾ ਤੇ ਪਰ ਨਹੀਂ ਜੀ ਉਹ ਮੰਨਦੇ ਨਹੀਂ ਹੁਣ ਜਿਸ ਤਰ੍ਹਾਂ ਅਸੀਂ ਮਿੱਨੀ ਟਿਊਬਰ ਦੀ ਬਜਾਈ ਕਰਦੇ ਹਾਂ ਉਹ ਹੱਥ ਨਾਲ ਬਜਾਈ ਕਰਨੀ ਪੈਂਦੀ ਆ ਕੋਈ ਮਸ਼ੀਨ ਨਹੀਂ ਹੈਗੀ ਤੇ ਉਹ ਬਹੁਤ ਮਾੜੇ ਮਾੜੇ ਜੇ ਨਿਕਲਦੇ ਆ ਕਿਉਂਕਿ ਉਹਦੇ ਆਲੂ ਦਾ ਸਾਇ ਜੀ ਬਹੁਤ ਛੋਟਾ ਹੁੰਦਾ ਮੱਕੀ ਦੇ ਦਾਣੇ ਵਰਗਾ ਵੀ ਹੁੰਦਾ ਤੇ ਜਦੋਂ ਉਹਨੂੰ ਦੇਖ ਕੇ ਕਹਿੰਦੇ ਬਈ ਤੇਰੇ ਆਲੂ ਦਾ ਤਾਂ ਪੱਤਾ ਕੁਛ ਨਹੀਂ ਆ ਕਿ ਤਾਂ ਗਿੱਠ ਗਿੱਠਕਦਾਈ ਆ ਸਾਢੇ 2-2 ਫੁੱਟ ਦਾ ਹੋ ਗਿਆ ਉਹ ਕਵਾਲਿਟੀ ਆ ਹੋ ਤੇਰੇ ਕੋ ਕੁਆਂਟੀਟੀ ਆ ਸਾਡੇ ਕੋ ਕੁਆਲਿਟੀ ਆ ਇਹ ਚੀਜ਼ਾਂ ਸਿੱਖੋ ਹੁਣ ਤੁਹਾਨੂੰ ਮੈਂ ਦੱਸਦਾ ਪਿਛਲੀ ਵਾਰ ਇੱਥੇ ਅਸੀਂ ਇੱਕ ਕਣਕ ਲਾਈ ਉਹ ਡੇਢ ਕਿਲੋ ਨਾਲ ਅਸੀਂ 1 ਕਿੱਲਾ ਲਾਇਆ ਕੱਲਾ ਕੱਲਾ ਦਾਣਾ ਕਰਕੇ ਨਵੀਂ ਵੈਰਾਈਟੀ ਸੀ ਡੀਡਬਲਿਊ 303 ਤੋ ਜਦੋਂ ਅਸੀਂ ਲਾ ਰਿਆ ਸੀ ਲੋਕਾਂ ਨੇ ਸਾਨੂੰ ਇੰਨਾ ਕਿ ਕਿਆ ਲ ਤੁਸੀਂ ਬੜੇ ਯੂਨੀਵਰਸਿਟੀ ਵਾਲੇ ਹੋਗੇ ਇਹ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਮੈਂ ਕਿਹਾ ਵੀ ਇਹ ਭਰਾਵੋ 100 ਰੁਪਏ ਕਿਲੋ ਤੁਹਾਨੂੰ ਗਾਹ ਨੂੰ ਮਿਲਣੀ ਆ ਲੈ 100 ਰੁਪਏ ਕਿਲੋ ਕਦੇ ਕਣਕ ਵਿਕਦੀ ਦੇਖੀ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ ਅਸੀਂ ਤਾਂ ਜਦੀ ਵੇਚਤੀ ਉਹ ਤਕਰੀਬ ਨਹੀਂ ਕਿਸੇ ਕੰਪਨੀ ਵਾਲੇ ਲੈ ਗਏ ਮੇਰੇ ਕੋਲੋਂ 70 ਰੁਪਏ ਕਿਲੋ ਹੂੰ ਤੇ ਮੁੜ ਕੇ ਲੋਕਾਂ ਨੇ ਉਹ 150 ਰੁਪਏ ਕਿਲੋ ਤੱਕ ਵੀ ਖਰੀਦੀ ਆ ਅੱਛਾ ਜੀ ਤੇ ਫਿਰ 100 ਰੁਪਏ ਕਿਲੋ ਮੇਰੇ ਕੋਲੋਂ ਸਾਡੇ ਪਿੰਡ ਦੇ ਵੀ ਦੋ ਤਿੰਨ ਬੰਦੇ ਲੈ ਕੇ ਗਏ ਨੇ ਮੈਂ ਕਿਹਾ ਯਾਰ ਲੈ ਜੀ ਹੂੰ ਕਿਉਂਕਿ ਸਾਨੂੰ ਕੋਦਰ ਹੋਰ ਸੀਡ ਮਿਲ ਗਿਆ ਸੀ ਹੋਰ ਲਾ ਲਿਆ ਕੁਝ ਇਹੜੇ 4-5 ਕਵਾਂਟਲ ਰੱਖਿਆ ਸੀ ਉਹ ਅਸੀਂ ਫਿਰ ਪਿੰਡ ਦੇ ਜਿਹੜੇ ਟੀਚਰਾਂ ਕਰਦੇ ਸੀ ਜਾਨੀ ਵੀ ਆ ਫਿਰ ਉਹ ਲੈ ਕੇ ਗਏ ਨੇ ਹੂੰ ਇਸ ਕਰਕੇ ਜਿਹੜਾ ਤਜਰਬਾ ਤਜਰਬਾ ਹੁੰਦਾ ਉਹ ਦੂਸਰੀ ਫਸਲ ਨਾਲ ਕੰਪੇਅਰ ਨਹੀਂ ਕਰਨਾ ਪੈਂਦਾ ਬਿਲਕੁਲ ਜੀ ਤੋ ਤੁਸੀਂ ਬਹੁਤ ਸਾਰੀ ਮਿਹਨਤ ਕਰ ਰਹੇ ਹੋ ਮਿਹਨਤ ਕਰਕੇ ਅੱਗੇ ਵਧਿਓ ਤਾਂ ਹੀ ਤੁਹਾਨੂੰ ਇੰਨੇ ਅਵਾਰਡ ਤੁਹਾਡੇ ਹਿੱਸੇ ਆਏ ਨੇ ਔਰ ਇਸੇ ਤਰੀਕੇ ਨਾਲ ਜੇਕਰ ਕਿਸਾਨ ਅੱਗੇ ਵਧਦਾ ਜਾਵੇ ਔਰ ਇਹ ਸੋਚੇ ਕਿ ਮੈਂ ਇਸ ਤਰੀਕੇ ਨਾਲ ਕੰਮ ਕਰਨਾ ਢੰਗ ਤਿਕ ਆ ਜਾਵੇ ਉਹਨੂੰ ਕਰਨ ਦਾ ਤੋ ਕਦੇ ਕਰਜ਼ੇ ਦੀ ਮਾਰ ਥੱਲੇ ਨਹੀਂ ਆਏਗਾ ਔਰ ਬਹੁਤ ਬਹੁਤ ਸ਼ੁਕਰੀਆ ਸਰ ਅੰਗਲ ਬਾਤ ਕੀਤੀ ਤੁਸੀਂ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਇਸਨ ਚਾਹਨਾ ਕਿਸਾਨ ਸੁਖਜੀਤ ਸਿੰਘ ਹੋਣੀ ਔਰ ਤੁਸੀਂ ਬਿਲਕੁਲ ਇਹਨਾਂ ਦੀਆਂ ਉਹ ਗੱਲਾਂ ਸੁਣੀਆਂ ਨੇ ਕਿ ਇਸ ਤਰੀਕੇ ਦੇ ਨਾਲ ਖੇਤੀ ਕਰਦੇ ਨੇ ਔਰ ਖਾਸ ਤੌਰ ਤੇ ਆਲੂ ਦੀ ਖੇਤੀ ਜਿਹੜੀ ਕਿ ਵਿਸ਼ਵ ਭਰ ਦੇ ਵਿੱਚ ਹੁੰਦੀ ਹੈ ਲੋਕ ਇਹਨੂੰ ਉਹ ਫੂਡ ਮੰਨਦੇ ਨੇ ਕਿ ਕਦੇ ਵੀ ਕਿਤੇ ਵੀ ਕਮ ਆ ਸਕਦਾ ਹੈ ਸਬਜ਼ੀ ਜਿਹੜੀ ਮਹੱਤਵਪੂਰਨ ਮੰਨੀ ਜਾਂਦੀ ਹੈ ਵਲੀ ਔਰ ਇਸ ਦੇ ਨਾਲ ਬਹੁਤ ਸਾਰੇ ਲੋਕ ਇਹਨੂੰ ਘਾਟੇ ਵਾਲਾ ਸੌਦਾ ਕਹਿੰਦੇ ਨੇ ਕਿ ਜਿਹੜਾ ਕਿਸਾਨ ਆਪਣੇ ਖੇਤਾਂ 'ਚ ਆਲੂ ਬੀਜਦਾ ਹੈ ਉਹਨੂੰ ਬਹੁਤਾ ਜਿਹੜਾ ਮੁਨਾਫਾ ਨਹੀਂ ਖੁੰਦਾ ਪਰ ਜੇਕਰ ਤੁਸੀਂ ਰਾਸ਼ਨ ਦੀ ਬਜਾਏ ਦਾ ਸੀਡ ਤਿਆਰ ਕਰੋ ਤਾਂ ਕਿੰਨਾ ਰਾਜ ਹੋ ਤੁਸੀਂ ਮੁਨਾਫਾ ਕਮਾ ਸਕਦੇ ਹੋ ਜਿਸ ਤਰੀਕੇ ਨਾਲ ਸੁਖਜੀਤ ਸਿੰਘ ਹੁਣੀ ਛੋਟੀਆਂ ਜਿਹੀਆਂ ਕੈਰੀਆਂ ਦੇ ਵਿੱਚੋਂ ਕਿੰਨਾ ਪੈਸਾ ਕਮਾ ਰਹੇ ਨੇ ਔਰ ਇਸ ਦੇ ਨਾਲ ਹੀ ਇਹ ਜਿਹੜਾ ਬੀਜ ਹੈ ਇਸ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕਿ ਇਸ ਤਰੀਕੇ ਦਾ ਜਿਹੜਾ ਬੀਜ ਤਿਆਰ ਕੀਤਾ ਜਾਵੇ ਜੇਕਰ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਮਿਲਣਾ ਚਾਹੁੰਦੇ ਹੋ ਤਾਂ ਪਿੰਡ ਦਿਵਾਲਾ ਦੇ ਵਿੱਚ ਸਰਦਾਰ ਸੁਖਜੀਤ ਸਿੰਘ ਹੁਣ ਦਾ ਘਰ ਹੈ ਤੁਸੀਂ ਆ ਵੀ ਸਕਦੇ ਹੋ ਫੇਸਬੁੱਕ ਤੇ ਵੀ ਜਿਹੜਾ ਬਹੁਤ ਜ਼ਿਆਦਾ ਇਹ ਸਤਰਕ ਰਹਿੰਦੇ ਨੇ ਲਗਾਤਾਰ ਉੱਥੇ ਵੀ ਤੁਹਾਡੇ ਨਾਲ ਉਥੇ رابطہ ਕਾਇਮ ਕਰ ਸਕਦੇ ਹ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਮਿਲ ਵੀ ਸਕਦੇ ਹੋ ਹੁਣ ਸਾਡਾ ਜਲਾਵਾਂ ਗਿਆ ਗਿਆ ਸਹਿਯੋਗੀ ਸਾਥੀ ਕੇਵਲ ਸਿੰਘ ਕਮਲਦੀਨਾਲ ਮਨਦੀਪ ਕੌਰ ਸੰਧੂ ਸਤਿ ਸ੍ਰੀ ਅਕਾਲ